ਤੇ ਦਿੜਵਾਸੀ ਦੀਆਂ ਟੀਮਾਂ ਦਾ ਹੋਣਾ, ਗਗਨ ਜਲਾਲ ਵਾਲਾ ਵੀ ਪੁੱਜਿਆ। ਦਿੜਵਾਸੀ ਤੇ ਬੇਨੜੇ ਤੋਂ ਬਾਅਦ ਮੈਚ ਹੋਣਾ ਢੰਡੋਲੀ ਖੁਰਦ ਤੇ ਦਿੜਵਾ ਮੰਡੀ ਦਾ, ਬੱਲਰਾਵਰ ਸਿੰਘ ਚੌਂਖੇੜੀ, ਭਾਈ ਰੂਪਾ ਤੇ ਕਲਸੀਆਂ, ਸੁਰ ਸਿੰਘ ਵਾਲਾ ਤੇ ਦਿੜਵਾ, ਇਹ ਬੇਰ ਕਲਾਂ ਤੇ ਜੋਗੀ ਪੀਰ ਘਨੌਰੀ, ਕੋਟ ਸਮੀਰ ਤੇ ਭੂੰਦੜ, ਬਾਹਪੁਰ ਤੇ ਕਣਕਵਾਲ, ਖੀਰਾਂਵਾਲ ਤੇ ਸਰਾਵਾਂ, ਇਹਨਾਂ ਟੀਮਾਂ ਦੇ ਮੈਚ ਨੇ। ਦਰਸ਼ਕ ਵੀਰ, ਟੀਮਾਂ ਵਧੀਆ ਲੱਗ ਰਹੀਆਂ ਨੇ, ਤਾੜੀਆਂ ਮਾਰ ਦਿਓ ਇੱਕ ਵਾਰੀ। ਜਿਹੜੀਆਂ ਅੱਗੇ ਟੀਮਾਂ ਆ ਰਹੀਆਂ ਨੇ ਉਹ ਸਾਰੀਆਂ ਸਿਰੇ ਦੀਆਂ ਟੀਮਾਂ ਨੇ ਬਈ। ਦੋਨੇ ਸਟੇਜਾਂ ਦੇ ਉੱਤੇ ਇਹੀ ਬੇਨਤੀ ਆ ਵੀ ਜੋ ਸਾਡੇ ਮੁੱਖ ਮਹਿਮਾਨ ਤੇ ਸਾਡੇ ਕਲੱਬ ਮੈਂਬਰ ਨੇ ਉਹਨਾਂ ਤੋਂ ਬਿਨਾਂ ਜੇ ਕੋਈ ਹੋਰ ਫਾਲਤੂ ਆਦਮੀ ਆਵੇ ਸਟੇਜ ਤੇ ਆਪਣੇ ਆਪ ਥੱਲੇ ਚਲਾ ਜਾਵੇ, ਜੇ ਕਿਸੇ ਪੁਲਿਸ ਮੁਲਾਜ਼ਮ ਤੋਂ ਉਹਦੀ ਬੇਇੱਜ਼ਤੀ ਹੋ ਗਈ ਤਾਂ ਆਪਣਾ ਆਪ ਜ਼ਿੰਮੇਵਾਰ ਹੋਊਗਾ। ਦੋਨੇ ਸਟੇਜਾਂ ਦੇ ਉੱਤੇ ਜੋ ਫਾਲਤੂ ਬਿਨਾਂ ਕਲੱਬ ਮੈਂਬਰ ਜਾਂ ਕੋਈ ਮੁੱਖ ਮਹਿਮਾਨ ਤੋਂ ਬਿਨਾਂ ਜੋ ਕਿਸੇ ਦੋਨੇ ਸਟੇਜਾਂ ਤੇ ਕੋਈ ਵੀ ਬੈਠਿਆ ਉਹ ਕਿਰਪਾ ਕਰਕੇ ਥੱਲੇ ਜਾ ਕੇ ਬੈਠ ਕੇ ਆਪਣਾ ਆਰਾਮ ਨਾਲ ਮੈਚ ਦੇਖਣ। ਦੋਦੜੇ ਵਾਲੀ ਸਾਈਡ ਤੇ ਟੀਮ ਹੈ ਜਿਹੜੀ, ਇਹ ਪੰਜ ਗਰਾਈ ਪਿੰਡ ਦੀ ਟੀਮ ਹੈ, ਕੋਟਕਪੂਰੇ ਦੇ ਲਾਗੇ ਪੰਜ ਗਰਾਈ ਪਿੰਡ ਹੈ, ਇੱਕ ਜਿੱਥੋਂ ਦਾ ਇੰਦਰ ਬਹੁਤ ਪ੍ਰਸਿੱਧ ਖਿਡਾਰੀ ਹੋਇਆ, ਜਖੇਪਲ ਦੇ ਨਾਲ ਖੇਡਿਆ, ਬਾਜਾ ਖਾਨਾ ਦੀ ਖੇਡ ਕਲੱਬ ਲਈ, ਪਰ ਪ੍ਰੀਤ ਗਿਲਜੇਵਾਲੀਆ, ਗਿਲਜੇਵਾਲ ਪਿੰਡ ਕਹਿੰਦੇ ਜ਼ਿਲ੍ਹਾ ਮੁਕਤਸਰ ਸਾਹਿਬ ਦਾ ਪਿੰਡ ਹੈ, ਦੋਦੇ ਦੇ ਲਾਗੇ ਲੋ ਪ੍ਰੀਤ ਗਿਲਜੇਵਾਲੀਆ ਪਹਿਲੀ ਕਬੱਡੀ ਪਾ ਰਿਹਾ ਮੈਦਾਨ ਦੇ ਵਿੱਚ। ਇਸ ਸਮੇਂ ਆਪਾਂ ਵੇਖਦੇ ਹਾਂ ਚਾਰ ਜਾਫੀਰ, ਇੱਕ ਪਾਸੇ ਹਰਮਨ ਨਾਲ ਬਾਜਾ ਮੱਲਣ ਦਾ, ਨਾਲ ਫੱਕਰ ਝੰਡੇ ਪਿੰਡ ਦਾ ਕਹਿੰਦੇ ਹਰਦੇਵ ਸਿੰਘ, ਲਓ ਪਹਿਲੀ ਕਬੱਡੀ, ਪਹਿਲਾ ਪੁਆਇੰਟ ਜਿਹੜਾ ਪ੍ਰੀਤ ਗਿਲਜੇਵਾਲੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਇਹ ਹੈ ਨੌਜਵਾਨ, ਕਿਤੇ ਨੂੰ ਮੱਸਿਆ ਦਾ ਨਾਉਣ ਕਰਾਵਾਂ, ਮੇਲਾ ਮੁਕਤਸਰ ਦਾ, ਜ਼ਿਲ੍ਹਾ ਮੁਕਤਸਰ ਸਾਹਿਬ ਦੀ ਧਰਤੀ, ਦੋਦੇ ਦੇ ਏਰੀਏ ਦਾ, ਪਰ ਆਹ ਖਿਡਾਰੀ ਕਹਿੰਦੇ ਟਰੈਕਟਰਾਂ ਦਾ ਜੇਤੂ ਬਣਿਆ, ਤਾੜੀ ਮਾਰ ਦਿਓ ਇੱਕ ਵਾਰੀ ਜੰਮੂ ਦੇ ਨਾਂ ਤੇ। ਇਸ ਨੌਜਵਾਨ ਨੇ ਕਹਿੰਦੇ ਟਰੈਕਟਰ ਜਿੱਤਿਆ, 4 ਟਰੈਕਟਰਾਂ ਦਾ ਜੇਤੂ ਤੁਹਾਡੇ ਸਾਹਮਣੇ, ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ। ਜਲੰਧਰ ਸਿੱਧੂ ਹੋਰਾਂ ਨੂੰ ਮਾਣ ਹੈ ਇਸ ਨੌਜਵਾਨ ਦੀ ਖੇਡ ਦੇ ਉੱਤੇ, ਕਿਉਂਕਿ ਪੰਜ ਗਰਾਈ ਪਿੰਡ ਦਾ ਨਾਂ ਦੁਨੀਆ ਦੇ ਵਿੱਚ ਮਸ਼ਹੂਰ ਕੀਤਾ ਹੈ। ਲਓ ਪੁਆਇੰਟ ਜਿਹੜਾ ਇਸ ਸਮੇਂ ਜੰਬੋ ਦੇ ਹਿੱਸੇ ਜੁੜਦਾ ਹੋਇਆ ਪੰਜ ਗਰਾਈ ਦੀ ਟੀਮ ਦੇ ਲਈ। ਅਗਲੀ ਰੇਡ ਮੈਦਾਨ ਦੇ ਵਿੱਚ ਬਿੱਟੂ ਜੀਦੇ ਦਾ, ਨੌਜਵਾਨ ਸਮੁੰਦਰ ਜਿਹੇ ਸਰੀਰ ਦਾ ਖਿਡਾਰੀ ਜੀਦੇ ਵਾਲਾ ਬਿੱਟੂ, ਅਗਲੀ ਰੇਡ ਪਾਉਣ ਦੇ ਵਾਸਤੇ ਵਧਿਆ ਹੋਇਆ। ਫੱਕਰ ਝੰਡੇ ਪਿੰਡ ਦਾ ਹਰਦੇਵ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਖੇਡਿਆ, ਹਰਜੀਤ ਐਂਡ ਤਲਵਾਰ ਕਬੱਡੀ ਕਲੱਬ ਦੇ ਵਾਸਤੇ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ, ਪਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ। ਇਸ ਸਮੇਂ ਗਿਲਜੇਵਾਲ ਦੀ ਟੀਮ ਦੇ ਲਈ, ਜਲਾਲ ਪਿੰਡ ਨੂੰ ਦੁਨੀਆ ਜਾਣਦੀ ਹੈ, ਜਲਾਲ ਦਾ ਅਜਮੇਰ, ਜਲਾਲ ਦਾ ਕਹਿੰਦੇ ਬੱਬੂ ਗੁਰਪ੍ਰੀਤ, ਜਿੱਥੋਂ ਦਾ ਰੁਪਿੰਦਰ ਮਹਾਨ ਬੁਲਾਰਾ ਹੈ। ਇਹ ਹੈ ਨੌਜਵਾਨ ਜਲਾਲ ਵਾਲਾ ਗਗਨਦੀਪ ਸਿੰਘ, ਗਗਨ ਜਲਾਲ ਵਾਲਾ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ। ਪੁਆਇੰਟ ਜਿਹੜਾ ਪੰਜ ਗਰਾਈ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਪੰਜਾਬ ਦੀਆਂ ਦੋ ਪ੍ਰਸਿੱਧ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਕਬੱਡੀ 365.com ਪੂਰੀ ਦੁਨੀਆ ਦੇ ਵਿੱਚ ਲਾਈਵ ਕਰਦਾ ਹੋਇਆ ਅੱਜ ਦੇ ਇਸ ਕਬੱਡੀ ਕੱਪ ਨੂੰ। ਮੈਦਾਨ ਦੇ ਵਿੱਚ ਪਈ ਕਬੱਡੀ, ਪ੍ਰੀਤ ਗਿਲਜੇਵਾਲੀਆ, ਮੱਲਣ ਪਿੰਡ ਦਾ ਸ਼ੇਰਵਾਜ ਸਿੰਘ, ਸ਼ੇਰ ਤੇ ਬਾਜ ਦਾ ਸੁਮੇਲ ਹੈ। ਇਹ ਹੈ ਨੌਜਵਾਨ ਬਾਜਾ ਮੱਲਣ ਵਾਲਾ, ਇੰਗਲੈਂਡ ਦੀ ਹੇਜ਼ ਕਬੱਡੀ ਕਲੱਬ ਲਈ ਲੰਮਾ ਸਮਾਂ ਖੇਡਿਆ ਹੈ, ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਪੰਜ ਗਰਾਈ ਦੀ ਟੀਮ ਦੇ ਲਈ ਮੱਲਣ ਪਿੰਡ ਦੇ ਬਾਜੇ ਨੇ ਪੁਆਇੰਟ ਜੋੜ ਦਿੱਤਾ ਹੈ। ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਜੰਬੋ ਇਸ ਸਮੇਂ ਅੱਗੇ ਵੱਲ ਵੱਧਦਾ ਹੋਇਆ, ਇੱਕ ਹਿੰਮਤਪੁਰੀਆ ਜੰਬੋ, ਇੱਕ ਨੌਜਵਾਨ ਤੁਹਾਡੇ ਸਾਹਮਣੇ ਪੰਜ ਗਰਾਈ ਵਾਲਾ, ਜ਼ਿਲ੍ਹਾ ਫਰੀਦਕੋਟ ਕੋਟਕਪੂਰੇ ਦੇ ਏਰੀਏ ਦਾ ਖਿਡਾਰੀ। ਲਓ ਵਧਿਆ ਹੋਇਆ ਕਿ ਫਰੀਦਾ ਖਾਕ ਨਾ ਨੇਂਦੀਏ, ਖਾਕ ਜਿਹੜ ਨਾ ਕੋਈ, ਜੀਵਦਿਆਂ ਪੈਰ ਤਲੇ ਮੋਹਿਆਂ ਉੱਪਰ ਹੋਈ, ਫਰੀਦਾ ਖਾਕ ਨਾ ਨੇਂਦੀਏ। ਬਾਬੇ ਫਰੀਦ ਦੀ ਧਰਤੀ ਉਸੇ ਏਰੀਏ ਦੇ ਵਿੱਚ ਪਿੰਡ ਆ ਜਾਂਦਾ ਹੈ, ਬਹਿਬਲ ਆ ਜਾਂਦੀ ਹੈ। ਲਓ ਇਹ ਹੈ ਨੌਜਵਾਨ ਬਿੱਟੂ ਜੀਦੇ ਵਾਲਾ, ਇੱਕ ਜਸਪਾਲ ਬਾਂਗਰ ਪਿੰਡ ਦਾ, ਇੱਕ ਕਹਿੰਦੇ ਦੁਗਾਲ ਵਾਲਾ, ਇੱਕ ਨੌਜਵਾਨ ਤੁਹਾਡੇ ਸਾਹਮਣੇ ਜੀਦੇ ਵਾਲਾ, ਦੂਸਰੇ ਪਾਸੇ ਫੱਕਰ ਝੰਡਾ ਪਿੰਡ, ਦੁਨੀਆ ਭਰ ਦੇ ਵਿੱਚ ਮਸ਼ਹੂਰ ਹੋਇਆ ਬਲਵਿੰਦਰ ਸਿੰਘ ਬਿੰਦੀ ਦਾ ਪਿੰਡੂ, ਇਹ ਨੌਜਵਾਨ ਖਿਡਾਰੀ ਇਸ ਸਮੇਂ ਹਰਦੇਵ ਸ਼ੀਰਾ ਕੋਟੜੇ ਵਾਲਾ,
ਢੰਡੋਲੀ ਵਾਲੇ ਖਿਡਾਰੀਆਂ ਦੀ ਗੱਡੀ ਕੋਲੇ ਚਲਾ ਜਾਵੇ ਸ਼ੀਰਾ ਕੋਟੜੇ ਵਾਲਾ। ਹਾਂਜੀ ਦਰਸ਼ਕ ਵੀਰਾਂ ਪੂਰਾ ਸਹਿਯੋਗ ਦੇਣ ਕਿਉਂਕਿ ਬਹੁਤ ਜ਼ਿਆਦਾ ਰਸ਼ ਆ ਅਤੇ ਕਿਤੇ ਵੀ ਜੋ ਆਪਣਾ ਨੈੱਟ ਲੱਗਿਆ ਜਾਲ ਲੱਗਿਆ ਸਾਈਡਾਂ 'ਤੇ ਕਿਰਪਾ ਕਰਕੇ ਇਹਦੇ 'ਤੇ ਜ਼ਿਆਦਾ ਨਾ ਝੂਲਣ, ਜੇ ਟੁੱਟ ਗਿਆ ਸਾਰਾ ਸਿਸਟਮ ਹੀ ਵਿਗੜ ਜਾਣਾ, ਇਸ ਕਰਕੇ ਨੈੱਟ ਸੱਟ ਲੱਗਣ ਦਾ ਖਤਰਾ ਅਤੇ ਨਾਲੇ ਆਪਣਾ ਕੰਮ ਖੜ ਜਾਣਾ। ਇਸ ਕਰਕੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਜੋ ਜਾਲ ਦੇ ਨਾਲ ਕਿਤੇ ਵੀ ਲਵਕ ਰਹੇ ਨੇ ਉਹਨਾਂ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਕਿਉਂਕਿ ਇਹ ਹਲਕੇ ਹੀ ਆ, ਇੱਕ ਰੋਕਣ ਵਾਸਤੇ ਆ, ਇਹਦੇ ਕੋਈ ਜ਼ਿਆਦਾ ਸਪੋਰਟ ਨਹੀਂ। ਇਸ ਕਰਕੇ ਦਰਸ਼ਕਾਂ ਨੂੰ ਬੇਨਤੀ ਤੋਂ ਜ਼ਿਆਦਾ ਭਾਰ ਨਾ ਦੇਣ। ਸਾਡੇ ਵਿੱਚ ਸਾਡੇ ਪੱਤਰਕਾਰ ਵੀ ਪਹੁੰਚੇ ਨੇਗੇ, ਸਵਰਨ ਸਿੰਘ ਰਾਹੀ ਜੀ ਅਤੇ ਉਹਨਾਂ ਦੇ ਨਾਲ ਟੋਨੀ ਸਟੂਡੀਓ, ਪੱਤਰਕਾਰ ਚਾਤਰ ਸਿੰਘ ਜੀ, ਸਾਰੇ ਹੀ ਪੱਤਰਕਾਰ ਵੀਰਾਂ ਦਾ ਜਿਨ੍ਹਾਂ ਨੇ ਸਾਰਾ ਲਾਈਵ ਟੈਲੀਕਾਸਟ ਇੱਥੇ ਦਿਖਾਉਣਾ ਅਤੇ ਨਾਲੇ ਕੱਲ੍ਹ ਨੂੰ ਨਿਊਜ਼ ਪੇਪਰ ਦੇ ਵਿੱਚ ਵੀ ਇਹਦੀਆਂ ਬਹੁਤ ਨਿਊਜ਼ ਲੱਗਣੀਆਂ ਨੇ। ਅਸੀਂ ਇਹਨਾਂ ਦਾ ਇੱਥੇ ਪਹੁੰਚਣ 'ਤੇ ਕਲੱਬ ਵੱਲੋਂ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਹੈਲੋ। ਬਹੁਤ ਸ਼ਾਨਦਾਰ ਖੇਡਿਆ ਜਾ ਰਿਹਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ। ਇਸ ਸਮੇਂ ਆਪਾਂ ਵੇਖਦੇ ਵੀ ਗਿਲਜੇ ਵਾਲਾ ਅਤੇ ਪੰਜ ਗਰਾਈ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਮੈਚ ਹੈ। ਇੱਕ ਪਾਸੇ ਪੰਜ ਗਰਾਈ ਪਿੰਡ ਦੀ ਟੀਮ ਹੈ ਜਿਸ ਨੇ ਟਰੈਕਟਰ ਜਿੱਤੇ ਨੇ, ਕਦੇ ਗਹਿਲਾਂ ਦੇ ਕਬੱਡੀ ਕੱਪ 'ਤੇ, ਕਦੇ ਸੂਸਕ ਦੇ ਕਬੱਡੀ ਕੱਪ 'ਤੇ ਬਹਿਜਾ ਬਹਿਜਾ ਕਰਵਾਈ। ਤਾਂ ਦੂਸਰੇ ਪਾਸੇ ਟੀਮ ਜਿਹੜੀ ਗਿਲਜੇਵਾਲ ਦੀ ਪੁਆਇੰਟ ਜਿਹੜਾ ਜਾਫੀ ਦੇ ਵਾਸਤੇ ਜੁੜਦਾ ਹੋਇਆ, ਡੇਰੇ ਦੇ ਵਿੱਚ ਕੋਈ ਵੀ ਮੇਰਾ ਵੀਰ ਸ਼ਰਾਬ ਪੀ ਕੇ ਨਾ ਜਾਵੇ, ਇਹ ਬੇਨਤੀ ਹੈ ਡੇਰਾ ਦੇ ਪ੍ਰਬੰਧਕਾਂ ਵੱਲੋਂ। ਜੇਕਰ ਕੋਈ ਉੱਥੇ ਵੀਰ ਨਸ਼ਾ ਕਰਕੇ ਗਿਆ ਅਤੇ ਉਹਨਾਂ ਦੇ ਪ੍ਰਬੰਧਕਾਂ ਨੇ ਉੱਥੇ ਫੜ ਲਿਆ, ਫਿਰ ਉਹ ਆਪਣੀ ਜਾਨ ਮਾਲ ਦਾ ਆਪ ਜ਼ਿੰਮੇਵਾਰ ਹੋਵੇਗਾ। ਸੋ ਇਹ ਬੇਨਤੀ ਹੈ ਦਰਸ਼ਕ ਵੀਰਾਂ ਦੇ ਚਰਨਾਂ ਦੇ ਵਿੱਚ ਵੀ ਜੇ ਕਿਸੇ ਮੇਰੇ ਵੀਰ ਨੇ ਸ਼ਰਾਬ ਪੀ ਵੀ ਲਈ ਹੈ ਤਾਂ ਡੇਰੇ ਦੇ ਵਿੱਚ ਨਾ ਜਾਵੇ। ਜੋ ਇੱਧਰ ਦਰਸ਼ਕ ਆਪਣੇ ਕਿਸੇ ਕਲੱਬ ਮੈਂਬਰ ਇਹਨੂੰ ਹਟਾਓ ਯਾਰ, ਬਹੁਤ ਟਾਈਮ ਹੋ ਗਿਆ ਇਹਨੂੰ ਲੱਗੇ ਨੂੰ, ਬਸ ਬਹੁਤ ਟਾਈਮ, 2 ਘੰਟੇ ਹੋ ਗਏ, ਬਹੁਤ ਵੱਡਾ ਕਿਤਾਬ ਦਿਖਾ ਤੇ ਮੰਨ ਗਏ ਸਾਰੇ ਮੰਨ ਗਏ, ਅਤੇ ਕਿਉਂਕਿ ਵਿੱਚ ਫਿਰਦਾ ਕੋਈ ਐਕਸੀਡੈਂਟ ਵੀ ਹੋ ਸਕਦਾ, ਕੋਈ ਖਿਡਾਰੀ ਵਿੱਚ ਆ ਕੇ ਲੱਗ ਸਕਦਾ, ਇਸ ਕਰਕੇ ਇਹਨੂੰ ਨਾਲ ਲੱਗ ਕੇ ਦੀ ਹੌਸਲਾ ਅਫਜਾਈ ਕਰੋ, ਇਹਨੂੰ ਗੇੜੇ ਲਵਾਓ, ਇਹਦਾ ਮਾਣ ਤਾਣ ਕਰ ਦਿਓ ਵੀ ਬਾਈ ਦਾ। ਸਾਰੇ ਜੱਗਾ ਸਿੰਘ ਜੀ ਦੇ ਘਰੇ ਦੁੱਧ ਤੇ ਘਿਓ ਦੇ ਲੰਗਰ ਚੱਲ ਰਹੇ ਨੇ, ਕਿਸੇ ਵੀ ਵੀਰ ਨੇ ਲੰਗਰ ਛਕਣਾ ਹੋਵੇ ਖਿਡਾਰੀਆਂ ਵਾਸਤੇ, ਕਹਿੰਦੇ ਜੱਗਾ ਸਿੰਘ ਜੀ ਦੇ ਘਰ ਬਾਬਾ ਮਲਕਪੁਰੀ ਵਾਲਾਂ ਦੇ ਦੁੱਧ ਦੇ ਘਿਓ ਦੇ ਲੰਗਰ ਚੱਲ ਰਹੇ ਨੇ, ਸੋ ਉੱਥੇ ਵੀ ਲੰਗਰ ਛਕ ਸਕਦੇ ਹੋ। ਗਿਲਜੇਵਾਲੇ ਦੀ ਟੀਮ ਦਾ ਪੰਜ ਗਰਾਈ ਦੀ ਟੀਮ ਦੇ ਉੱਤੇ ਇਤਰਾਜ਼ ਹੈ, ਕਮੇਟੀ ਨਾਲ ਗੱਲ ਕਰੋ ਜੀ। ਲਓ ਫਿਰ ਜੰਬੋ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਨੌਜਵਾਨ, ਬੜਾ ਸ਼ਾਨਦਾਰ ਖਿਡਾਰੀ ਸਾਡੀ ਖੇਡ ਕਬੱਡੀ ਦਾ ਇਹ ਨੌਜਵਾਨ, ਬੜੇ ਠਰੰਮੇ ਦੇ ਨਾਲ ਖੇਡਣ ਵਾਲਾ। ਦੂਸਰੇ ਪਾਸੇ ਜਾਫੀ ਕੋਸ਼ਿਸ਼ ਕਰਦਾ ਹੋਇਆ ਗਿਲਜੇਵਾਲ ਦਾ ਜੰਬੋ ਲਾ ਲਾ ਕੇ ਸੁੱਟਦਾ ਜਾ ਰਿਹਾ, ਬੜਾ ਜਾਨਦਾਰ ਖਿਡਾਰੀ, ਬੜੇ ਜ਼ੋਰ ਦੇ ਨਾਲ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ, ਪੰਜ ਗਰਾਈ ਦੀ ਟੀਮ ਦੇ ਲਈ ਜੁੜਦਾ ਹੋਇਆ ਪੁਆਇੰਟ। ਇਸ ਦੇ ਨਾਲ ਹੀ ਮੈਚ ਜਿਹੜਾ ਸਮਾਪਤ ਹੋ ਚੁੱਕਾ ਹੈ। ਅਗਲਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਗੜਬਾ ਸੀ ਅਤੇ ਬੇਨੜਾ, ਇਹਦਾ ਫੈਸਲਾ ਕਮੇਟੀ ਕਰੇਗੀ ਜੀ। ਇਤਰਾਜ਼ ਦੇ ਜਿਹੜੇ ਫੈਸਲੇ ਨੇ ਉਹ ਕਮੇਟੀ ਦੇ ਕੋਲ ਨੇ। ਸੋ ਅਗਲਾ ਜਿਹੜਾ ਮੈਚ ਹੈ ਬੇਨੜਾ ਅਤੇ ਗੜਬਾ ਸੀ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ। ਇੱਕ ਪਾਸੇ ਜ਼ਿਲ੍ਹਾ ਸੰਗਰੂਰ ਦੀ ਟੀਮ ਹੈ ਬੇਨੜਾ, ਦੂਸਰੇ ਪਾਸੇ ਟੀਮ ਹੈ ਜਿਹੜੀ ਉਹ ਵੀ ਜ਼ਿਲ੍ਹਾ ਸੰਗਰੂਰ ਦੀ ਦਿੜਬਾ ਦੀ ਹੈ। ਦਿੜਬਾ ਦੀ ਟੀਮ ਪੁੱਜ ਗਈ ਜੀ, ਹੱਥ ਖੜਾ ਕਰੋ ਦਿੜਬਾ। ਢੰਡੋਲੀ ਖੁਰਦ ਅਤੇ ਦਿੜਬਾ ਮੰਡੀ ਵੀ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ। ਪਿੱਥੋ ਵਾਲੇ ਸ਼ੀਰੇ ਦੇ ਲਈ ਤਾੜੀ ਮਾਰ ਦਿਓ ਇੱਕ ਵਾਰੀ ਜ਼ੋਰਦਾਰ, ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਜੱਟ ਜਾਫੀ ਸਾਡੀ ਖੇਡ ਕਬੱਡੀ ਦਾ। ਲੈ ਵੀ ਸ਼ੀਰਾ ਫਤਿਹ ਵਾਲਾ ਦੇ ਸਾਰੇ ਦਰਸ਼ਕਾਂ ਨੂੰ, ਇਹ ਆ ਮਹਾਨ ਖਿਡਾਰੀ ਪਿੱਥੋ ਵਾਲਾ ਸ਼ੀਰਾ, ਨਾਲ ਕਹਿੰਦੇ ਬਰਨ ਵਾਲੀਆ ਕਰਮੀ ਪੁੱਜਿਆ। ਲੈ ਵੀ ਕਰਮੀ ਫਤਿਹ ਵਾਲਾ ਦੇ ਸਾਰੇ ਦਰਸ਼ਕਾਂ ਨੂੰ ਤਾੜੀ ਮਾਰ ਦਿਓ, ਕਰਮੀ ਦੇ ਲਈ ਦੋਨੋਂ ਕਰੋੜੀ ਕੱਪ ਦੇ, ਪਹਿਲੇ ਕਰੋੜੀ ਕੱਪ ਦੇ ਜੇਤੂ ਖਿਡਾਰੀ ਨੇ ਸਾਡੇ ਮੁੱਖ ਮਹਿਮਾਨ ਸਰਦਾਰ ਚਤਨ ਸਿੰਘ ਜੀ ਸਮਾਓ, ਐਮ ਐਲ ਏ ਹੈਲੋ ਪੱਪੂ ਪਹਿਲਵਾਨ ਜਿਸਨੇ
ਡੰਡ ਲਾਏ ਨੇ ਉਹ ਦਰਸ਼ਕਾਂ ਦੇ ਵਿੱਚ ਗੇੜਾ ਲਾ ਰਿਹਾ ਤਾਂ ਮਾਣ ਤਾਣ ਕਰ ਦਿਓ ਜੀ ਕਮੇਟੀ ਵਾਲੇ ਇੱਕ ਜਣਾ ਨਾਲ ਹੋ ਜਾਓ ਪੱਪੂ ਪਹਿਲਵਾਨ ਦੇ ਹਾਂਜੀ ਬੇਨੜਾ ਦੀ ਟੀਮ ਜੇਤੂ ਆ ਜੀ ਗਿੜਬਾ ਦੀ ਟੀਮ ਗਰਾਊਂਡ 'ਚ ਨਹੀਂ ਪੁੱਜ ਸਕੀ ਸਾਡੇ ਵਿੱਚ ਪਹੁੰਚੇ ਨੇ ਸਰਦਾਰ ਚਤਨ ਸਿੰਘ ਜੀ ਸਮਾਓ ਉਹਨਾਂ ਦੇ ਨਾਲ ਸਰਪੰਚ ਸਰਦਾਰ ਛੱਤਰ ਸਿੰਘ ਜੀ ਸੰਧੂ ਹੈਲੋ ਢੰਡੋਲੀ ਖੁਰਦ ਦੇ ਦਿੜਬਾ ਮੰਡੀ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਇਹ ਗਰਾਊਂਡ ਦੇ ਵਿੱਚ ਪੁੱਜ ਜਾਣ ਢੰਡੋਲੀ ਖੁਰਦ ਦੇ ਦਿੜਬਾ ਮੰਡੀ ਬੇਨੜੇ ਦੀ ਟੀਮ ਨੂੰ ਜੇਤੂ ਲਿਖੋ ਜੀ ਦਿੜਬਾ ਸੀ ਟੀਮ ਗਰਾਊਂਡ ਦੇ ਵਿੱਚ ਨਹੀਂ ਪੁੱਜ ਸਕੀ ਬੇਨੜੇ ਦੀ ਟੀਮ ਨੂੰ ਜੇਤੂ ਕਰਾ ਰਿਹਾ ਜੱਗੀ ਢਿੱਲੋ ਹੋਰਾਂ ਨੂੰ ਮੁਬਾਰਕਬਾਦ ਵੀ ਉਹ ਪਹਿਲਾ ਮੈਚ ਬਿਨਾਂ ਖੇਡੇ ਜੇਤੂ ਰਹੇ ਨੇ ਹਰਦੀਪ ਬੇਨੜੇ ਹੋਰੀ ਆਉਣ ਵਾਲੇ ਸਮੇਂ ਦੇ ਵੱਡੇ ਸਟਾਰ ਸਾਡੀ ਖੇਡ ਕਬੱਡੀ ਦੇ ਢੰਡੋਲੀ ਖੁਰਦ ਤੇ ਦਿੜਬਾ ਮੰਡੀ ਦੋਨੋਂ ਟੀਮਾਂ ਖੇਡ ਗਰਾਊਂਡ ਦੇ ਵਿੱਚ ਪੁੱਜ ਜਾਣ ਹੈਲੋ ਸਤਪਾਲ ਮਾਹੀ ਜੀ ਜੀ ਪੰਜ ਗਰਾਈ ਤੇ ਗਿਰਜੇ ਵਾਲਾ ਤੋਂ ਕੋਈ ਇਤਰਾਜ ਨਹੀਂ ਆਇਆ ਸਾਡੇ ਕੋਲ ਠੀਕ ਆ ਜੀ ਪੰਜ ਗਰਾਈ ਦੀ ਟੀਮ ਜੇਤੂ ਲਿਖੋ ਜੀ ਫਿਰ ਰਿਜ਼ਲਟ ਦੱਸ ਦਿਓ ਪੰਜ ਗਰਾਈ ਜੇਤੂ ਹੈ ਜੀ ਦਿੜਬਾ ਸੀ ਆਈ ਨਹੀਂ ਜੀ ਬੇਨੜਾ ਜੇਤੂ ਲਿਖੋ ਢੰਡੋਲੀ ਤੇ ਦਿੜਬਾ ਮੰਡੀ ਢੰਡੋਲੀ ਖੁਰ ਤੇ ਦਿੜਬਾ ਮੰਡੀ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ ਫਿਰ ਬੰਦਰਾ ਤੇ ਚੌਂਹਠ ਖੇੜੀ ਭਾਈ ਰੂਪਾ ਤੇ ਕਲਸੀਆਂ ਸੁਰ ਸਿੰਘ ਵਾਲਾ ਤੇ ਦਿੜਬਾ ਏ ਬੇਰ ਕਲਾਂ ਤੇ ਜੋਗੀ ਪੀਰ ਘਨੌਰੀ ਕੋਟ ਸਮੀਰ ਦੇ ਭੂੰਦੜ ਬਹੁਪੁਰ ਤੇ ਕਣਕਵਾਲ ਖੀਰਾਂਵਾਲ ਤੇ ਸਰਾਵਾ ਇਹ ਟੀਮਾਂ ਦੇ ਮੈਚ ਨੇ ਮੈਂ ਬੇਨਤੀ ਕਰਦਾ ਢੰਡੋਲੀ ਖੁਰਦ ਤੇ ਦਿੜਬਾ ਮੰਡੀ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕੱਲ੍ਹ ਦਾ ਦਿਨ ਜਿਹੜਾ ਚੌਕਿਆਂ ਦੇ ਕਬੱਡੀ ਕੱਪ ਦਾ ਉਹਨਾਂ ਦੇ ਨਾਲ ਸ਼ਮਸ਼ੇਰ ਸਿੰਘ ਜੀ ਸਰਦਾਰ ਸ਼ਮਸ਼ੇਰ ਸਿੰਘ ਜੀ ਗੜੱਦੀ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਉਹ ਵੀ ਪਹੁੰਚੇ ਨੇ ਕਾਲਾ ਜਵੰਦਾ ਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉਹ ਵੀ ਉਹਨਾਂ ਦੇ ਨਾਲ ਆਏ ਨੇ ਸਾਰੇ ਹੀ ਵਿਦਵਾਨਤੇ ਸੱਜਣਾਂ ਦਾ ਦਿੜਬਾ ਮੰਡੀ ਵਰਸਜ ਬੇਨਤੀ ਹੈ ਜੀ ਐਂ ਨੂੰ ਕਿਹਾ ਜਾਂਦਾ ਢੰਡੋਲੀ ਖੁਰਦ ਦੇ ਖਿਡਾਰੀ ਗਰਾਊਂਡ ਬਿਲਕੁਲ ਖਾਲੀ ਹੈ ਤੇ ਲੱਖਾਂ ਦਰਸ਼ਕ ਵੀਰ ਤੁਹਾਡੀ ਉਡੀਕ ਕਰ ਰਹੇ ਨੇ ਖਿਡਾਰੀ ਸਾਥੀਓ ਗਰਾਊਂਡ ਦੇ ਵਿੱਚ ਪੁੱਜੋ ਦਿੜਬਾ ਮੰਡੀ ਦੇ ਢੰਡੋਲੀ ਖੁਰਦ ਬੱਲਰਾਂ ਦੇ ਚੌਂਹਠ ਖੇੜੀ ਭਾਈ ਰੂਪਾ ਤੇ ਕਲਸੀਆਂ ਸ਼ਾਮ ਲਾਲ ਦਲੇਮਾ ਜੀ ਆਰਤੀ ਐਸੋਸੀਏਸ਼ਨ ਪ੍ਰਧਾਨ ਮਾਨਸਾ ਡਿਸਟ੍ਰਿਕਟ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਕਲੱਬ ਵੱਲੋਂ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਵੀ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਕਿਹਾ ਜਾਂਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈਲੋ ਢੰਡੋਲੀ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਗਈ ਹੈ ਢੰਡੋਲੀ ਖੁਰਦ ਦਿੜਬਾ ਮੰਡੀ ਦੀ ਟੀਮ ਨੂੰ ਬੇਨਤੀ ਹੈ ਗਰਾਊਂਡ ਦੇ ਵਿੱਚ ਪੁੱਜੇ ਦਿੜਬਾ ਮੰਡੀ ਤੇ ਢੰਡੋਲੀ ਖੁਰਦ ਦਾ ਬਹੁਤ ਸ਼ਾਨਦਾਰ ਮੈਚ ਬਈ ਟੀ ਸ਼ਰਟਾਂ ਬਾਹਰ ਉਤਾਰੋ ਗੋਲੇ ਇਹ ਕਲੱਬ ਦਾ ਹੁਕਮ ਹੈ ਸਾਰੇ ਖਿਡਾਰੀਆਂ ਲਈ ਕਾਲਾ ਢੰਡੋਲੀ ਵਾਲਾ ਸਾਡੀ ਖੇਡ ਕਬੱਡੀ ਦਾ ਅੰਤਰਰਾਸ਼ਟਰੀ ਖਿਡਾਰੀ ਜੋ ਇੰਗਲੈਂਡ ਤੇ ਕੈਨੇਡਾ ਦੇ ਖੇਡ ਗਰਾਊਂਡਾਂ ਦੇ ਵਿੱਚ ਖੇਡਿਆ ਪੁੱਜਿਆ ਆਪਣੀ ਟੀਮ ਨੂੰ ਲੈ ਕੇ ਸਤਪਾਲ ਜੀ ਅਗਲੀਆਂ ਟੀਮਾਂ ਨੂੰ ਅਨਾਉਂਸਮੈਂਟ ਕਰ ਦਿਓ ਵੀ ਪਹਿਲਾਂ ਗਰਾਊਂਡ 'ਚ ਪਹੁੰਚ ਜਾਣ ਬੱਲਰਾ ਤੇ ਚੌਂਹਠ ਖੇੜੀ ਜੀ ਅਗਲਾ ਮੈਚ ਹੈ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਗਰਾਊਂਡ ਦੇ ਨਾਲ ਸਾਈਡ ਤੇ ਆ ਕੇ ਖੜਾ ਲਿਆ ਕਰੋ ਬੱਲਰਾ ਤੇ ਚੌਂਹਠ ਖੇੜੀ ਇਸ ਤੋਂ ਨੈਕਸਟ ਮੈਚ ਜਿਹੜੀ ਅਗਲੀ ਟੀਮਾਂ ਨੂੰ ਪਹਿਲੀ ਕਾਲ ਕਰਕੇ ਰੱਖੋ ਵੀ ਦਰਸ਼ਕਾਂ ਨੂੰ ਵੇਟ ਨਾ ਕਰਨੀ ਪਵੇ ਭਾਈ ਰੂਪਾ ਤੇ ਕਲਸੀਆਂ ਸੁਰ ਸਿੰਘ ਵਾਲਾ ਤੇ ਦਿੜਬਾਏ ਬੇਰ ਕਲਾਂ ਤੇ ਜੋਗੀ ਪੀਰ ਘਨੌਰੀ ਕੋਟ ਸਮੀਰ ਤੇ ਭੂੰਦੜ ਬਾਹਪੁਰ ਤੇ ਕਣਕਵਾਲ ਖੀਰਾਂਵਾਲ ਤੇ ਸਰਾਵਾਂ ਸਾਰੀਆਂ ਟੀਮਾਂ ਵਾਰਮ ਅਪ ਹੋ ਜਾਣ ਦਿੜਬਾ ਮੰਡੀ ਦੀ ਟੀਮ ਨੂੰ ਬੇਨਤੀ ਹੈ ਜੇ ਇੱਥੇ ਹੈ ਤਾਂ ਗਰਾਊਂਡ ਦੇ ਵਿੱਚ ਪੁੱਜੇ ਦਿੜਬਾ ਮੰਡੀ ਦਿੜਬਾ ਮੰਡੀ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਜਾਵੇ ਢੰਡੋਲੀ ਖੁਰਦ ਦੀ ਟੀਮ ਆ ਜਿਹੜੀ ਗਰਾਊਂਡ ਦੇ ਵਿੱਚ ਪੁੱਜ ਗਈ ਹੈ ਲੈ ਵੀ ਕਾਲੇ ਫਤਿਹਵਲਾ ਦੇ ਸਾਰੇ ਦਰਸ਼ਕਾਂ ਨੂੰ ਤਾੜੀਆਂ ਮਾਰੋ ਇਸ ਖਿਡਾਰੀ ਦੇ ਲਈ ਇਹ ਵੀ ਇੰਗਲੈਂਡ ਤੇ ਕੈਨੇਡਾ ਦੇ ਖੇਡ ਗਰਾਊਂਡਾਂ 'ਚ ਖੇਡਿਆ ਹੈ ਛੋਟੀ ਉਮਰ ਦਾ ਵੱਡਾ ਖਿਡਾਰੀ ਕਾਲਾ ਢੰਡੋਲੀ ਖੁਰਦ ਵਾਲਾ ਦੂਸਰੇ ਪਾਸੇ ਦਿੜਬਾ ਦੀ ਟੀਮ ਹੈ ਦਰਸ਼ਨ ਦਿੜਬੇ ਦੇ ਨਾਲ ਪੁੱਜੀ ਹੈ ਦਿੜਬਾ ਮੰਡੀ ਦਿੜਬਾ ਮੰਡੀ ਦੇ ਜਿਹੜਾ ਮੈਚ ਹੋਣਾ ਢੰਡੋਲੀ ਬਿਲਕੁਲ ਗਵਾਂਢੀ ਪਿੰਡ ਨੇ ਅਛਰਾ ਚੌਂਦਾ ਵਾਲਾ ਮੈਂ ਪਹਿਲਾਂ ਵੀ ਗੱਲ ਕੀਤੀ ਇਸ ਨੌਜਵਾਨ ਦਾ ਵੀਰ ਜੋਧਪੁਰ ਚੀਮਾ ਦੀ ਟੀਮ 'ਚ ਖੇਡ ਰਿਹਾ ਹੈ
ਇਹ ਦੋਨੋਂ ਭਰਾ ਇੱਕ ਜਾਫੀ ਹੈ ਇੱਕ ਰੇਡਰ ਹੈ। ਬਲਰਾ ਤੇ ਚੌਂਹਠ ਖੇੜੀ ਇਸ ਤੋਂ ਅਗਲਾ ਮੈਚ ਹੋਵੇਗਾ ਵੀ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ ਜੀ। ਬਲਰਾ ਤੇ ਚੌਂਹਠ ਖੇੜੀ ਉਸ ਤੋਂ ਬਾਅਦ ਭਾਈ ਰੂਪਾ ਤੇ ਕਲਸੀਆਂ ਇਹਨਾਂ ਟੀਮਾਂ ਨੂੰ ਬੇਨਤੀ ਹੋਵੇ ਵੀ ਤਿਆਰ ਵਰ ਤਿਆਰ ਰਹਿਣ। ਭਾਈ ਰੂਪਾ ਤੇ ਕਲਸੀਆਂ ਦਾ ਮੈਚ ਹੋਵੇਗਾ। ਕੱਲ੍ਹ ਦਾ ਦਿਨ ਹੈ ਕਿਹੜਾ ਚੌਕਿਆ ਦੇ ਕਬੱਡੀ ਕੱਪ ਦਾ ਹੋਵੇਗਾ। ਮੋਟਰਸਾਈਕਲ ਦਿੱਤੇ ਜਾਣਗੇ ਬੈਸਟ ਰਾਈਡਰ ਜਾਫੀ ਨੂੰ ਰੜ ਦੇ ਲਾਗੇ। 19 ਤਰੀਕ ਹੈ ਜਿਹੜੀ ਬੀਰੋਂਕੇ ਦੇ ਕਬੱਡੀ ਕੱਪ ਦੀ ਹੋਵੇਗੀ ਇੱਥੋਂ ਗਵਾਂਢੀ ਪਿੰਡ ਬੀਰੋਂਕੇ, ਜਿੱਥੇ ਸਪਲੈਂਡਰ ਮੋਟਰਸਾਈਕਲ ਦਿੱਤੇ ਜਾਣੇ ਆ ਕਬੱਡੀ ਓਪਨ ਦੇ ਵਿੱਚ। 55,555 ਰੁਪਈਏ ਪਹਿਲਾ ਪ੍ਰਾਈਜ਼ ਹੈ, 44,444 ਰੁਪਈਏ ਸੈਕਿੰਡ ਪ੍ਰਾਈਜ਼ ਹੈ ਅਤੇ ਬੈਸਟ ਰਾਈਡਰ ਜਾਫੀ ਨੂੰ ਸਪਲੈਂਡਰ ਮੋਟਰਸਾਈਕਲ ਨੇ ਬੀਰੋਂਕੇ ਦੇ ਕਬੱਡੀ ਕੱਪ ਦੇ। 23 ਤਰੀਕ ਢੰਡੋਲੀ ਦੇ ਢੰਡੋਲੀ ਕਲਾਂ ਦੇ ਵਿੱਚ ਕਬੱਡੀ ਕੱਪ ਹੋਵੇਗਾ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ। ਸਤਪਾਲ ਜੀ ਦੋਨੇ ਟੀਮਾਂ ਨੂੰ ਲਾਈਨ ਅਪ ਕਰ ਲਓ ਜੀ। 26 ਤਰੀਕ ਹੈ ਜਿਹੜੀ ਰਾਜਸਰ ਦੇ ਕਬੱਡੀ ਕੱਪ ਦੀ ਹੈ ਬਰਨਾਲੇ ਦੇ ਲਾਗੇ। ਐਮਐਲਏ ਹਲਕਾ ਬੜਲਾਡਾ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਆਉਣਗੇ। ਦੋਨੇ ਟੀਮਾਂ ਨੂੰ ਲਾਈਨ ਅਪ ਕਰ ਲਓ ਜੀ। ਹੈਲੋ ਮੈਂ ਬੇਨਤੀ ਕਰਦਾ ਸਾਊਂਡ ਵਾਲੇ ਵੀਰ ਨੂੰ ਇੱਕ ਯੂਨਿਟ ਹੋਰ ਲਾ ਦਿਓ ਜੀ, ਇੱਧਰਲੇ ਪਾਸੇ ਗਰਾਊਂਡ ਵਾਲੇ ਪਾਸੇ ਮੂੰਹ ਕਰ ਦਿਓ ਇੱਕ ਯੂਨਿਟ ਦਾ। ਦਰਸ਼ਕ ਵੀਰਾਂ ਨੂੰ ਸਮਝ ਨਹੀਂ ਆ ਰਹੀ ਕੁਝ ਵੀ, ਬੇਨਤੀ ਹੈ ਵੀ ਜਿਹੜੀਆਂ ਪਿੰਡ ਵਾਲੇ ਪਾਸੇ ਯੂਨਿਟਾਂ ਦੇ ਮੂੰਹ ਕੀਤੇ ਹੋਏ ਨੇ ਉਹਨਾਂ ਦੇ ਮੂੰਹ ਗਰਾਊਂਡ ਵਾਲੇ ਪਾਸੇ ਕਰ ਦਿਓ। ਇਹ ਦਸਮੇਸ਼ ਸਾਊਂਡ ਜੀ ਨੂੰ ਬੇਨਤੀ ਹੈ। ਬਲਰਾ ਤੇ ਚੌਂਹਠ ਖੇੜੀ ਇਸ ਤੋਂ ਅਗਲਾ ਮੈਚ ਹੈ, ਇਹ ਵੀ ਟੀਮਾਂ ਤਿਆਰ ਵਰ ਤਿਆਰ ਰਹਿਣ ਜੀ। ਟੀਮਾਂ ਪਹੁੰਚ ਚੁੱਕੀਆਂ ਨੇ ਗਰਾਊਂਡ 'ਚ। ਹਾਂਜੀ ਸਤਪਾਲ ਜੀ, ਡੋਗਰ ਡੋਗਰ ਜੀ ਦੋਨੇ ਟੀਮਾਂ ਪਹੁੰਚੀਆਂ ਗਰਾਊਂਡ 'ਚ, ਹੱਥ ਖੜਾ ਕਰ ਦਿਓ ਸਾਨੂੰ ਦੱਸ ਦਿਓ। ਬੂਟਾ ਸਿੰਘ ਬਾਈ ਦੋਨੇ ਟੀਮਾਂ ਜੱਗੀ ਪ੍ਰਧਾਨ ਜੀ ਨੂੰ ਬੇਨਤੀ ਹੈ ਮੇਰੇ ਕੋਲ ਆਉਣ। ਜੱਗੀ ਪ੍ਰਧਾਨ ਜੀ ਬਈ ਸਾਊਂਡ ਵਾਲੇ ਵੀਰ ਨੂੰ ਬੇਨਤੀ, ਇੱਧਰ ਆਵਾਜ਼ ਨਹੀਂ ਆ ਰਹੀ, ਉਹ ਪ੍ਰਬੰਧ ਕਰਨ। ਠੀਕ ਹੈ ਜੀ, ਉਹ ਕਰ ਰਹੇ ਨੇ ਜੀ, ਪ੍ਰਬੰਧ ਕਰ ਰਹੇ ਨੇ ਸਾਊਂਡ ਵਾਲੇ ਭਾਈ। ਹਾਂਜੀ ਸਾਡੇ ਮੁੱਖ ਮਹਿਮਾਨ, ਦੋਨੇ ਟੀਮਾਂ ਨੂੰ ਲਾਈਨ ਅਪ ਕਰ ਲਓ ਪਲੀਜ਼, 2 ਮਿੰਟ ਜੀ। ਦੋਨੇ ਟੀਮਾਂ ਨੂੰ ਅਫੀਸ਼ਲਾਂ ਨੂੰ ਬੇਨਤੀ ਹੈ ਲਾਈਨ ਅਪ ਕਰ ਲਓ। ਸਾਡੇ ਮੁੱਖ ਮਹਿਮਾਨ, ਸਾਨੂੰ ਸਮੇਂ ਦੀ ਬਹੁਤ ਘਾਟ ਆ, ਅਸੀਂ ਮਾਫੀ ਚਾਹੁੰਦੇ ਹਾਂ ਇਸ ਕਰਕੇ। ਸਾਡੇ ਮੁੱਖ ਮਹਿਮਾਨ ਐਮਐਲਏ ਸਾਹਿਬ ਜਤਿੰਦਰ ਸਿੰਘ ਜੀ ਸਮਾਓ, ਹਲਕਾ ਐਮਐਲਏ ਬੜਲਾਡਾ। ਸ਼ਮਸ਼ੇਰ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ, ਸੁਖਦੇਵ ਸਿੰਘ ਜੀ ਦਿਆਲਪੁਰਾ ਚੇਅਰਮੈਨ ਮਾਰਕੀਟ ਕਮੇਟੀ ਬਰੇਟਾ, ਹਰਮੇਲ ਸਿੰਘ ਜੀ ਕਲੀਪੁਰ, ਅਮਰਜੀਤ ਸਿੰਘ ਜੀ ਕਲਾਣਾ, ਸਰਕਲ ਪ੍ਰਧਾਨ ਹਲਕਾ ਬੜਲਾਡਾ, ਕਾਲਾ ਸਿੰਘ ਜੀ ਜਵੰਦਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਾਮ ਲਾਲ ਦਲੇਮਾ, ਜ਼ਿਲ੍ਹਾ ਹੈਲੋ। ਅਗਲਾ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਗੜਬਾ ਮੰਡੀ
ਵਰਸ ਕੇ ਟੰਡੋਲੀ ਖੁਰਦ। ਹੈਲੋ, ਹਾਂਜੀ, ਸਾਡੇ ਮੁੱਖ ਮਹਿਮਾਨ ਸ਼ਾਮ ਲਾਲ ਜੀ ਦਲੇਮਾ, ਜ਼ਿਲ੍ਹਾ ਪ੍ਰਧਾਨ ਆਰਤੀ ਐਸੋਸੀਏਸ਼ਨ, ਸਾਰੇ ਹੀ ਸਾਡੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਜਾ ਰਹੇ ਨੇ। ਉੱਧਰੋਂ ਸਾਡੇ ਕਲੱਬ ਪ੍ਰਧਾਨ ਵੱਲੋਂ ਬੇਨਤੀ ਹੈ ਵੀ ਜੋ ਪੁਲਿਸ ਮੁਲਾਜ਼ਮ ਬਾਹਰ ਜੋ ਰੇੜੀਆਂ ਲੱਗੀਆਂ ਨੇ, ਰੇੜੀਆਂ ਵਾਲਿਆਂ ਨੂੰ ਨਾ ਹਟਾਉਣ, ਜੇ ਕੋਈ ਵਿਚਕਾਰ ਹੈ ਤਾਂ ਉਸ ਨੂੰ ਭਾਵੇਂ ਹਟਾ ਦੇਣ, ਜੋ ਸਾਈਡਾਂ 'ਤੇ ਰੇੜੀਆਂ ਨੇ ਲੱਗੀਆਂ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਤੰਗ ਪਰੇਸ਼ਾਨ ਨਾ ਕਰਨ, ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਸੇਵਾ ਗੀ। ਬਾਬੇ ਥੰਮਣ ਸਿੰਘ ਦੇ ਨਾਂ 'ਤੇ ਵੀ ਸੇਵਾ ਕੀਤੀ ਜਾ ਰਹੀ ਆ। ਉਸੇ ਤਰ੍ਹਾਂ ਹੀ ਸਾਡੇ ਮੁੱਖ ਮਹਿਮਾਨ ਦਰਸ਼ਨ ਸਿੰਘ ਜੀ ਰੱਲੀ, ਸਾਬਕਾ ਸਰਪੰਚ, ਅਤੇ ਉਹਨਾਂ ਦੇ ਨਾਲ ਸਵਰਨ ਸਿੰਘ ਜੀ ਹੀਰੇਵਾਲਾ, ਐਸਸੀ ਪ੍ਰਧਾਨ ਹਲਕਾ, ਸੋਰੀ, ਸਵਰਨ ਸਿੰਘ ਜੀ ਹੀਰੇਵਾਲਾ ਐਸਸੀ ਪ੍ਰਧਾਨ ਜ਼ਿਲ੍ਹਾ ਮਾਨਸਾ ਡਿਸਟ੍ਰਿਕਟ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਟੀਮ, ਉਹਨਾਂ ਦੇ ਨਾਲ ਸਾਡੇ ਪਿੰਡ ਦੇ ਸਰਪੰਚ ਜਤਰ ਸਿੰਘ ਜੀ ਸੰਧੂ, ਹਾਂਜੀ, ਸਾਰੇ ਹੀ ਰੀਬਨ ਕੱਟਣ ਦੀ ਰਸਮ ਅਦਾ ਹੋ ਰਹੀ ਹੈ। ਸਾਡੇ ਮੁੱਖ ਮਹਿਮਾਨ ਐਮ ਐਲ ਏ ਚਿਤਨ ਸਿੰਘ ਸਮਾਓ ਜੀ, ਉਹਨਾਂ ਦੇ ਨਾਲ ਸ਼ਮਸ਼ੇਰ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ, ਸੁਖਦੇਵ ਸਿੰਘ ਜੀ ਦਿਆਲਪੁਰਾ ਚੇਅਰਮੈਨ ਮਾਰਕੀਟ ਕਮੇਟੀ ਬਰੇਟਾ, ਹਰਮੇਲ ਸਿੰਘ ਜੀ ਕਲੀਪੁਰ, ਅਮਰਜੀਤ ਸਿੰਘ ਕਲਾਣਾ। ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਮਿੰਟ ਚੁੱਪ ਦਾ ਜਾਣ ਬਖਸੋ। ਰੀਬਨ ਕੱਟਣ ਦੀ ਰਸਮ ਅਦਾ ਹੋ ਰਹੀ ਆ ਅਤੇ ਹਾਂਜੀ, ਗੁਰਮੇਲ ਕੌਰ ਮਹੰਤ ਜੋ ਬੱਚਿਆਂ ਦੀ ਵਧਾਈ ਦਿੰਦੇ ਨੇ, ਉਹਨਾਂ ਨੇ ਵੀ ਸਾਡੇ ਕਲੱਬ ਨੂੰ ਬਹੁਤ ਵੱਡਾ ਸਹਿਯੋਗ ਦਿੱਤਾ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਜੀ ਆਇਆਂ ਨੂੰ ਕਹਿੰਦੇ ਹਾਂ। ਹਾਂਜੀ, ਬਹੁਤ ਬਹੁਤ ਧੰਨਵਾਦ ਸਾਡੇ ਮੁੱਖ ਮਹਿਮਾਨ ਐਮ ਐਲ ਏ ਸਾਹਿਬ। ਅਤੇ ਬਾਈ ਦੋ ਮਿੰਟ ਮੈਂ ਸਟਾਰਟ ਕਰਾਉਂਦੇ ਹਾਂ, ਦੋ ਮਿੰਟ ਖੜੋ, ਦੋ ਮਿੰਟ। ਹਾਂਜੀ ਪ੍ਰਧਾਨ ਜੀ, ਹਾਂਜੀ, ਹੈਲੋ, ਅਗਲੀ ਇੰਟਰੋਡਕਸ਼ਨ ਆਪਾਂ ਬਾਹਰ ਹੀ ਕਰਵਾ ਲਿਆ ਕਰਾਂਗੇ ਜੀ। ਸਾਡੇ ਮੁੱਖ ਮਹਿਮਾਨ ਸਰਦਾਰ ਐਮ ਐਲ ਏ ਚਿਤਨ ਸਿੰਘ ਸਮਾਓ ਜੀ, ਸਾਰਿਆਂ ਦਾ ਹੀ ਅਸੀਂ ਇੱਥੇ ਪਹੁੰਚਣ 'ਤੇ, ਸ਼ਮਸ਼ੇਰ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ, ਸੁਖਦੇਵ ਸਿੰਘ ਦਿਆਲਪੁਰਾ, ਹਰਮੇਲ ਸਿੰਘ ਕਲੀਪੁਰ, ਅਮਰਜੀਤ ਸਿੰਘ ਜੀ ਕਲਾਣਾ, ਕਾਲਾ ਸਿੰਘ ਜਵੰਦਾ, ਸ਼ਾਮ ਲਾਲ ਜੀ ਧਲੇਮਾ, ਸਾਰੇ ਹੀ ਵਿਦਵੰਤੇ ਸੱਜਣਾਂ ਦਾ ਇੱਥੇ ਪਹੁੰਚਣ 'ਤੇ ਜੀ ਆਇਆਂ ਨੂੰ ਕਹਿੰਦੇ ਹਾਂ ਅਤੇ ਕਲੱਬ ਵੱਲੋਂ ਸਾਡੇ ਸਾਰੇ ਪਿੰਡ ਵਾਸੀਆਂ ਵੱਲੋਂ ਇੱਥੇ ਪਹੁੰਚਣ 'ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੈਲੋ, ਹੈਲੋ, ਮੇਰੀ ਬੇਨਤੀ ਹੈ ਦਰਸ਼ਕਾਂ ਨੂੰ ਵੀ ਕੁਝ ਜੁੰਟਾਂ ਜਿਹੜੀਆਂ ਲੱਗੀਆਂ ਹੋਈਆਂ ਉਹਨਾਂ ਦੀਆਂ ਤਾਰਾਂ ਤੋੜੀਆਂ ਨੇ ਕਿਸੇ ਮੇਰੇ ਵੀਰ ਨੇ, ਇਸ ਕਰਕੇ ਆਵਾਜ਼ ਪ੍ਰੋਪਰ ਤੁਹਾਡੇ ਤੱਕ ਨਹੀਂ ਪਹੁੰਚ ਰਹੀ। ਇਹਦੇ ਵਿੱਚ ਨਾ ਤਾਂ ਮੇਰਾ ਦੋਸ਼ ਹੈ, ਨਾ ਸਾਊਂਡ ਵਾਲੇ ਭਾਈ ਦਾ ਦੋਸ਼ ਹੈ। ਸੋ ਜੇ ਕਿਸੇ ਵੀਰ ਨੇ ਜਾਣ ਬੁੱਝ ਕੇ ਜੁੰਟਾਂ ਦੀਆਂ ਤਾਰਾਂ ਤੋੜੀਆਂ ਨੇ, ਹੁਣ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ। ਸੋ ਮੇਰੀ ਬੇਨਤੀ ਹੈ ਵੀ ਥੋੜ੍ਹਾ ਸਹਿਯੋਗ ਜ਼ਰੂਰ ਦਿਆ ਕਰੋ, ਇਹ ਸਾਰੇ ਕਾਰਜ ਤੁਹਾਡੇ ਲਈ ਕੀਤੇ ਜਾਂਦੇ ਨੇ ਜਿਹੜੇ ਪ੍ਰਬੰਧ ਕਲੱਬ ਕਰ ਰਹੀ ਹੈ, ਇਕੱਲਾ ਇਕੱਲਾ ਇੱਕ ਪੈਸਾ ਇਕੱਠਾ ਕਰਕੇ ਉਹ ਚਲਾ ਰਿਹਾ ਜੀ, ਨਵੀਂ ਯੂਨਿਟ ਲਵਾ ਰਿਹਾ ਇੱਧਰ ਤੁਹਾਡੇ ਵਾਲੇ ਪਾਸੇ। ਸੂਰੇਵਾਲ ਦੀ ਟੀਮ ਨੂੰ 75 ਕਿਲੋ ਭਾਰ ਦੀ ਟੀਮ ਹੈ ਸੂਰੇਵਾਲ, ਉਹਨੂੰ 5 ਮਿੰਟ ਦਾ ਸਮਾਂ ਹੈ, ਉਹ ਆਪਣੇ ਪ੍ਰੂਫ ਨੇ ਜਿਹੜੇ ਕਲੱਬ ਕੋਲੇ ਪੇਸ਼ ਕਰੇ ਜੀ, ਨਹੀਂ ਫਿਰ ਉਹ ਟੀਮ ਸਕ੍ਰੈਚ ਹੋ ਜਾਵੇਗੀ। ਇੱਧਰ ਦਿੜਬਾ ਦੀ ਟੀਮ ਪੁੱਜੀ ਹੈ, ਜਗਸੀਰ ਮੰਡੀ ਜੱਗੀ ਪ੍ਰਧਾਨ, ਕਲੱਬ ਪ੍ਰਧਾਨ, ਇੱਕ ਵਾਰ ਇੱਕ ਨੰਬਰ ਸਟੇਜ ਤੇ ਆਵੇ ਜੀ। ਰਸ਼ੀਨ ਵਾਲਾ ਮੰਨਾ ਪੁੱਜਿਆ, ਲੈ ਵੀ ਮੰਨਿਆ ਫਤਿਹ ਬੁਲਾ ਦੇ ਸਾਰੇ ਦਰਸ਼ਕਾਂ ਨੂੰ, ਇਹ ਰਸ਼ੀਨ ਪਿੰਡ ਦਾ ਮੰਨਾ ਦਰਸ਼ਨ ਦਿੜਬਾ, ਸੱਤੀ ਦਿੜਬਾ,
ਨਾਲ ਅੰਕਿਤ ਹਰਿਆਣੇ ਵਾਲਾ, ਦੀਪ ਦਿੜਬੇ ਵਾਲਾ, ਦਿੜਬਾ ਮੰਡੀ ਦੀ ਟੀਮ ਪੰਜਾਬ ਦੀ 2013-14 ਦੀ ਜੇਤੂ ਟੀਮ ਹੈ। ਕਮਲ ਸਟੂਡੀਓ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਵਰੇਜ ਕਰ ਰਹੇ ਨੇ। ਕਮਲ ਸਟੂਡੀਓ ਜੀ ਮੱਖਣ ਜੀ ਦਰਿਆਪੁਰ ਵਾਲੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਾਡੇ ਮੈਚ ਸ਼ੁਰੂ ਕਰਵਾ ਦਿਓ ਜੀ, ਬੇਨਤੀ ਹੈ ਮੈਚ ਸ਼ੁਰੂ ਕਰਵਾ ਦਿਓ ਜਲਦੀ ਜਲਦੀ ਮੈਚ ਸ਼ੁਰੂ ਕਰਾਓ ਜੀ। ਬਾਈ ਸਪੀਕਰਾਂ ਦੀਆਂ ਤਾੜਾਂ ਨਾਲ ਤੋੜੋ, ਪੰਜਾਬੀ ਦੇ ਵਿੱਚ ਹੀ ਬੇਨਤੀ ਹੈ। ਜਿਨ੍ਹਾਂ ਨੇ ਕਲਟੋ ਗੱਡੀ ਸਾਡੇ ਕਲੱਬ ਨੂੰ ਦਿੱਤੀ ਆ, ਉਹ ਵੀ ਸਾਡੇ ਵਿੱਚ ਪਹੁੰਚੇ ਹੋਏ ਨੇ। ਬਾਬਾ ਕਾਲਾ ਭਗਤ ਜੀ ਸੈਦੇ ਵਾਲਾ, ਦੜਬਾ ਦੀ ਟੀਮ ਦਾ ਇਤਰਾਜ਼ ਹੈ ਟੋਲੀ ਦੀ ਟੀਮ ਤੇ, ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਹੀ ਸਾਡੇ ਮੁੱਖ ਮਹਿਮਾਨ ਸਰਦਾਰ ਜਤਿੰਦਰ ਸਿੰਘ ਜੀ ਸਮਾਓ, MLA ਹਲਕਾ ਬੜਲਾਡਾ, ਸ਼ਮਸ਼ੇਰ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ, ਸੁਖਦੇਵ ਸਿੰਘ ਦਿਆਲਪੁਰਾ ਜੀ ਚੇਅਰਮੈਨ ਮਾਰਕੀਟ ਕਮੇਟੀ ਬਰੇਟਾ, ਹਰਮੇਲ ਸਿੰਘ ਜੀ ਕਲੀਪੁਰ, ਅਮਰਜੀਤ ਸਿੰਘ ਜੀ ਕਲਾਣਾ ਸਰਕਲ ਪ੍ਰਧਾਨ, ਕਾਲਾ ਸਿੰਘ ਜੀ ਜਵੰਦਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਾਮ ਲਾਲ ਦਲੇਮਾ ਜੀ, ਜ਼ਿਲ੍ਹਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਮਾਨਸਾ, ਅਤੇ ਹੋਰ ਸਾਰੇ ਹੀ ਪਤਵੰਤ ਸੱਜਣ, ਦਰਸ਼ਨ ਸਿੰਘ ਜੀ ਸਰਪੰਚ, ਸਾਬਕਾ ਸਰਪੰਚ ਰੱਲੀ, ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। 2 ਮਿੰਟ ਸਾਡੇ ਮੁੱਖ ਮਹਿਮਾਨ ਆਪਣੇ ਚੰਦ ਸਾਹਿਬ ਜੀ ਤੁਹਾਡੇ ਨਾਲ ਸਾਂਝੇ ਕਰਨਗੇ। ਚੱਲਦਾ ਰਹੂਗਾ 2 ਮਿੰਟ ਸਿਰਫ। ਬਹੁਤ ਸਤਿਕਾਰਯੋਗ ਅੱਜ ਦੇ ਖੇਡ ਪ੍ਰਾਨੀ ਜਿਹੜੇ ਅੱਜ ਇੱਥੇ, ਮੈਂ ਸਭ ਨੂੰ ਵਧਾਈ ਦਿੰਦਾ। 2 ਲੱਖ ਰੁਪਇਆ, ਹੈਲੋ, ਸੂਰੇਵਾਲ ਦੀ 75 ਕਿਲੋ ਦੀ ਟੀਮ ਸਾਡੇ ਕੋਲ ਕੋਈ ਵੀ ਸਬੂਤ ਜਮ੍ਹਾਂ ਨਹੀਂ ਕਰਾ ਰਹੀ। ਸੂਰੇਵਾਲ ਦੀ ਟੀਮ, ਅਸੀਂ ਮਜਬੂਰ ਨੂੰ ਉਸਨੂੰ ਕੱਟਣ ਜਾ ਰਹੇ ਹਾਂ। ਸੂਰੇਵਾਲ ਨੂੰ ਲਾਸਟ ਕਾਲ ਹੈ, ਜੇ ਕੋਈ ਉਹ ਸਬੂਤ ਦਿਖਾ ਜਾਣ ਆਪਣੇ ਤਾਂ ਅਸੀਂ ਅਸੈਪਟ ਕਰਾਂਗੇ, ਨਹੀਂ ਅਸੀਂ ਉਸਨੂੰ ਕੱਟਣ ਜਾ ਰਹੇ ਹਾਂ। ਸੂਰੇਵਾਲ 75 ਕਿਲੋ ਵਜੋਂ ਦੇ ਰਿਹਾ, ਤੇ ਸਾਰੇ ਵੀਰ ਪ੍ਰੇਮ ਨਾਲ ਖੇਡਾਂ ਦੇਖੋ, ਬਹੁਤ ਬਹੁਤ ਧੰਨਵਾਦ। ਮੈਚ ਸ਼ੁਰੂ ਹੋ ਚੁੱਕਾ, ਦਿੜਬਾ ਮੰਡੀ ਦੀ ਟੀਮ ਆ ਜਿਹੜੀ ਬੁਢਲਾਡੇ ਵਾਲੀ ਸਾਈਡ ਤੇ ਹੈ, ਦੂਸਰੇ ਪਾਸੇ ਟੀਮ ਖੇਡ ਰਹੀ ਢੰਡੋਲੀ ਦੀ, ਨਾ ਢੰਡੋਲੀ ਵਾਲਾ ਕਾਲਾ ਕਬੱਡੀ ਪਾ ਰਿਹਾ, ਦੂਸਰੇ ਪਾਸੇ ਗਗਨਦੀਪ ਸਿੰਘ ਸੱਤੀ, ਇਹ ਆ ਕਹਿੰਦੇ ਰਣੀਏ ਦਾ ਛੋਟਾ ਵੀਰ ਮੇਰੇ ਵੀਰੋ, ਹੈਲੋ, ਰੰਜਨ ਸਿੰਘ ਘਮਾਣ ਦਾ ਪੁੱਤਰ ਗਗਨਦੀਪ ਸੱਤੀ। ਮਾਹੀ ਜੀ, ਇਸ ਮੈਚ ਦਾ ਰਿਜ਼ਲਟ ਨਾ ਅਨਾਊਂਸ ਕੀਤਾ ਜਾਵੇ, ਠੀਕ ਹੈ। ਉਧਰ ਕਾਲਾ ਬਾਬਾ ਜੀ ਸੈਦੇਵਾਲ ਵਾਲੇ, ਜਿਨ੍ਹਾਂ ਵੱਲੋਂ ਕਾਲਟੋ ਕਰ ਦਿੱਤੀ ਜਾਣੀ ਹੈ, ਬਹੁਤ ਬਹੁਤ ਧੰਨਵਾਦ। ਮੰਚ ਦੇ ਬਿਰਾਜਮਾਨ ਨੇ ਲੋ, ਅੰਕਿਤ ਹਰਿਆਣੇ ਵਾਲਾ, ਅੰਕਿਤ ਹਰਿਆਣੇ ਵਾਲਾ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ। ਇਹ ਆ ਨੌਜਵਾਨ ਸੀਰਾ ਕੋਟੜੇ ਵਾਲਾ, ਜਿਸ ਨੌਜਵਾਨ ਨੇ ਹੁਣ ਕੋਸ਼ਿਸ਼ ਕੀਤੀ ਹੈ, ਢੰਡੋਲੀ ਦੀ ਟੀਮ ਦਾ ਖਿਡਾਰੀ ਇਸ ਸਮੇਂ ਵਧਿਆ ਹੋਇਆ ਪੁਆਇੰਟ, ਜਿਹੜਾ ਜਾਫੀ ਦੇ ਵਾਸਤੇ ਜੁੜ ਗਿਆ ਹੈ। ਹਾਂਜੀ, ਸਰਦਾਰ ਚਤਿੰਦਰ ਸਿੰਘ ਸਮਾਓ, MLA ਹਲਕਾ ਬੜਲਾਡਾ, 2 ਲੱਖ ਰੁਪਇਆ ਸਾਡੇ ਕਲੱਬ ਨੂੰ ਦਿੰਦੇ ਨੇ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਦਾ, ਕਲੱਬ ਵੱਲੋਂ ਅਤੇ ਪੂਰੇ ਪਿੰਡ ਵੱਲੋਂ, ਪਿੰਡ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਸਰਦਾਰ ਚਤਿੰਦਰ ਸਿੰਘ ਜੀ ਸਮਾਓ, MLA ਹਲਕਾ ਬੜਲਾਡਾ।
ਜੋ ਸਾਡੇ ਕਲੱਬ ਨੂੰ 2 ਲੱਖ ਰੁਪਇਆ ਪ੍ਰਾਈਜ਼ ਦੇ ਰਹੇ ਨੇ। ਸਰਦਾਰ ਜਤਿੰਦਰ ਸਿੰਘ ਜੀ ਸਮਾਓ, ਹਲਕਾ MLA ਬੜਲਾਡਾ, ਉਹਨਾਂ ਦੇ ਨਾਲ ਸ਼ਮਸ਼ੇਰ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਬੜਲਾਡਾ, ਸੁਖਦੇਵ ਸਿੰਘ ਜੀ ਦਿਆਲਪੁਰਾ ਚੇਅਰਮੈਨ ਮਾਰਕੀਟ ਕਮੇਟੀ ਬਰੇਟਾ, ਹਰਮੇਲ ਸਿੰਘ ਜੀ ਕਲੀਪੁਰਾ, ਅਮਰਜੀਤ ਸਿੰਘ ਕਲਾਣਾ, ਕਾਲਾ ਸਿੰਘ ਜਵੰਦਾ ਜੀ, ਸ਼ਾਮ ਲਾਲ ਧਲੇਵਾ ਜੀ, ਦਰਸ਼ਨ ਸਿੰਘ ਰੱਲੀ ਸਰਪੰਚ ਸਾਹਿਬ, ਸਾਰਿਆਂ ਦਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਸਾਡੇ ਕਲੱਬ ਦੀ 2 ਲੱਖ ਰੁਪਇਆ ਵਿੱਤੀ ਸਹਾਇਤਾ ਕਰਦੇ ਨੇ ਜੀ। ਹੈਲੋ ਹੈਲੋ, ਬਹੁਤ ਤਕੜਾ ਮੈਚ ਕਿਹੜਾ ਖੇਡਿਆ ਜਾ ਰਿਹਾ ਲੋ, ਰਸ਼ੀਨ ਵਾਲੇ ਮੰਨੇ ਦੀ ਪਈ ਕਬੱਡੀ ਤੇ, ਇਹ ਚੌਂਦਾ ਵਾਲਾ ਅਛਰਾ ਨੌਜਵਾਨ, ਅਛਰਾ ਚੌਂਦਾ ਵਾਲਾ ਜਫਾ ਲਾਉਂਦਾ ਹੋਇਆ ਢੰਡੋਲੀ ਦੀ ਟੀਮ ਦੇ ਵਾਸਤੇ ਅੰਕ ਦਾ ਵਾਧਾ ਕਰਦਾ ਹੋਇਆ। ਅਗਲੀ ਕਬੱਡੀ ਕਹਿੰਦੇ ਢੰਡੋਲੀ ਵਾਲਾ ਕਾਲਾ ਪਾ ਰਿਹਾ, ਦੂਸਰੇ ਪਾਸੇ ਸਤੀ ਜਿੜਬੇ ਵਾਲਾ ਨਿਰੰਜਣ ਸਿੰਘ ਘਵਾਨ ਦਾ ਪੁੱਤਰ ਲਖਵੀਰ ਸੋਤੇ ਦੀ ਵੈਨਕੂਵਰ ਲੈਂਡ ਲਈ ਖੇਡਣ ਵਾਲਾ ਇਹ ਨੌਜਵਾਨ, ਵੈਨਕੂਵਰ ਲੈਂਡ ਦੇ ਲਈ ਵਰਲਡ ਕਬੱਡੀ ਲੀਗ ਦੇ ਵਿੱਚ ਖੇਡਿਆ, ਨਾਲ ਦੇ ਬਿੱਟੂ ਦੇ ਨਾਲ ਇਹ ਨੌਜਵਾਨ ਖਿਡਾਰੀ ਸਤੀ ਜਿੜਬੇ ਵਾਲਾ ਕੋਸ਼ਿਸ਼ ਕਰਦਾ ਹੋਇਆ, ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਹੈ। ਹਰਿਆਣੇ ਦਾ ਅੰਕਿਤ ਚੜ੍ਹਦੀ ਵਰੇਸ ਦਾ ਖਿਡਾਰੀ ਮੈਦਾਨ ਦੇ ਵਿੱਚ, ਅਗਲੀ ਕਬੱਡੀ ਪਾਰ, ਇੱਕ ਪਾਸੇ ਗੁਰਪ੍ਰੀਤ ਢੰਡੋਲੀ ਵਾਲਾ, ਦੂਸਰੇ ਪਾਸੇ ਅਸ਼ਰਾ ਲਓ ਵੱਧ ਕੇ ਕਰਦਾ ਹੋਇਆ ਟੱਚ, ਇਹ ਹੈ ਨੌਜਵਾਨ ਹਰਿਆਣੇ ਵਾਲਾ ਅੰਕਿਤ, ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾ ਜੁੜਿਆ। ਹਾਂਜੀ, ਜਿੜਬਾ ਦੀ ਟੀਮ ਦੇ ਵਾਸਤੇ, ਜਿੜਬਾ ਮੰਡੀ ਬੜੀ ਮਸ਼ਹੂਰ ਟੀਮ ਪੰਜਾਬ ਦੀ, ਇੱਧਰਲੇ ਪਾਸੇ ਖੇਡਦੀ ਹੋਈ ਦੂਸਰੇ ਪਾਸੇ ਢੰਡੋਲੀ ਖੁਰਦ। ਹੈਲੋ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮਾਨਸਾ, ਉਹ ਵੀ ਸਾਡੇ ਵਿੱਚ ਪਹੁੰਚੇ ਨੇ ਕਲੱਬ ਵੱਲੋਂ, ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਇੱਥੇ ਪੁੱਜਣ 'ਤੇ GI ਨੂੰ ਕਿਹਾ ਜਾਂਦਾ ਅਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਸਰਦਾਰ ਬਿਕਰਮ ਸਿੰਘ ਜੀ, ਹੈਲੋ ਮੋਪਰ ਸਾਹਿਬ, ਹੈਲੋ ਹੈਲੋ ਹੈਲੋ, ਸਾਡੇ ਕਲੱਬ ਵੱਲੋਂ ਬੇਨਤੀ ਹੈ ਜੇ ਕੋਈ ਟੀਮ ਇਤਰਾਜ਼ ਲਾਉਂਦੀ ਹੈ ਤਾਂ ਪੂਰੀ ਪਹਿਲਾਂ ਫੀਸ ਅੱਧੇ ਸਮੇਂ ਤੋਂ ਪਹਿਲਾਂ ਸਾਡੇ ਕੋਲ ਜਮ੍ਹਾਂ ਕਰਵਾ ਕੇ ਜਾਇਆ ਕਰੇ 2 ਨੰਬਰ ਸਟੇਜ 'ਤੇ, ਫਿਰ ਅਸੀਂ ਇਤਰਾਜ਼ ਅਸੈਪਟ ਕਰਾਂਗੇ। ਅਸੀਂ ਬਿਨਾਂ ਫੀਸ ਤੋਂ ਜਾਂ ਘੱਟ ਫੀਸ ਨਾਲ ਇਤਰਾਜ਼ ਅਸੈਪਟ ਨਹੀਂ ਕਰਾਂਗੇ ਕਿਸੇ ਵੀ ਟੀਮ ਦਾ। ਕਬੱਡੀ ਦੀਆਂ ਸਾਰੀਆਂ ਟੀਮਾਂ ਇਸ ਗੱਲ ਨੂੰ ਨੋਟ ਕਰਨਾ। ਰਸ਼ੀਨ ਵਾਲਾ ਮੰਨਾ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਨੌਜਵਾਨ ਜਿੜਬਾ ਦੀ ਟੀਮ ਵੱਲੋਂ, ਅਛਰਾ ਚੌਂਦੇ ਪਿੰਡ ਦਾ ਅਮਰਗੜ੍ਹ ਦੇ ਏਰੀਏ ਦਾ ਇਹ ਨੌਜਵਾਨ ਖਿਡਾਰੀ ਮਦਨ ਲਾਲ, ਮਦਨ ਮੋਹਨ ਮਿੱਤਲ ਦਾ ਪਿੰਡ ਹੈ ਕਹਿੰਦੇ, ਪੰਜਾਬ ਦੇ ਕੈਬਨਿਟ ਮੰਤਰੀ ਦਾ ਚੌਂਦਾ ਪਿੰਡ ਦਾ ਇਹ ਨੌਜਵਾਨ ਖਿਡਾਰੀ ਅਛਰਾ ਦੂਸਰਾ ਜਫਾ ਲਾਉਂਦਾ ਹੋਇਆ ਢੰਡੋਲੀ ਦੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਅਗਲੀ ਕਬੱਡੀ ਪਾਉਣ ਦੇ ਵਾਸਤੇ ਕੁਲਵਿੰਦਰ ਸਿੰਘ ਕੁੱਕੂ ਢੰਡੋਲੀ ਵਾਲਾ ਫਿਰ ਮੈਦਾਨ ਦੇ ਵਿੱਚ ਵਾਧਾ ਹੋਇਆ, ਇੱਕ ਪਾਸੇ ਜਿੜਬੇ ਦਾ ਦੀਪ, ਦੂਸਰੇ ਪਾਸੇ ਸਤੀ ਜਿੜਬੇ ਵਾਲਾ, ਵਿਚਕਾਰ ਕਹਿੰਦੇ ਨੌਜਵਾਨ ਦਰਸ਼ਨ ਲੱਗਾ ਹੋਇਆ ਲੋ, ਪੁਆਇੰਟ ਜਿਹੜਾ ਧਾਵੀ ਦਾ ਹੈ ਢੰਡੋਲੀ ਦੀ ਟੀਮ ਦੇ ਵਾਸਤੇ ਪੁਆਇੰਟ ਜੁੜਦਾ ਹੋਇਆ। ਜ਼ਿਲ੍ਹਾ ਸੰਗਰੂਰ ਏਰੀਏ ਦੀਆਂ ਦੋਨੋਂ ਟੀਮਾਂ, ਕਬੱਡੀ ਦੇ ਵਿੱਚ ਬਹੁਤ ਵੱਡਾ ਨਾਂ ਹੈ ਦੋਨੋਂ ਟੀਮਾਂ ਦਾ। ਮੈਦਾਨ ਦੇ ਵਿੱਚ ਅਗਲੀ ਕਬੱਡੀ ਫਿਰ ਹਰਿਆਣੇ ਦਾ ਸ਼ੋਰਾ, ਅੰਕਿਤ ਹਰਿਆਣੇ ਵਾਲਾ, ਸ਼ੀਰਾ ਕੋਟੜੇ ਵਾਲਾ ਕੋਸ਼ਿਸ਼ ਕਰਦਾ ਹੋਇਆ ਨੌਜਵਾਨ, ਪੁਆਇੰਟ ਧਾਵੀ ਦਾ, ਪੁਆਇੰਟ ਜਿਹੜਾ ਇਸ ਸਮੇਂ ਜਿੜਬਾ ਮੰਡੀ ਦੇ ਵਾਸਤੇ ਗੁੜਦਾ ਹੋਇਆ। ਗਗਨਦੀਪ ਸਿੰਘ ਕੇਵਲ ਸਿੰਘ ਦਾ ਪੁੱਤਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਜਾਂਦਾ ਹੋਇਆ ਨੌਜਵਾਨ ਢੰਡੋਲੀ ਵਾਲਾ ਖਿਡਾਰੀ, ਉਧਰਲੇ ਪਾਸੇ ਦੇਖਾਂਗੇ ਵੀ ਰਣੀਆਂ ਕਹਿੰਦੇ ਪ੍ਰੋ ਕਬੱਡੀ ਲੀਗ ਦੇ ਵਿੱਚ ਖੇਡਦਾ ਹੈ, 30 ਜਨਵਰੀ ਤੋਂ ਪ੍ਰੋ ਕਬੱਡੀ ਲੀਗ ਸ਼ੁਰੂ ਹੋ ਰਹੀ ਹੈ, ਦੁਬਾਰਾ ਤੀਸਰਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਉਸ ਨੌਜਵਾਨ ਦਾ ਇਹ ਵੀਰ ਹੈ ਗਗਨਦੀਪ ਸਿੰਘ, ਸੱਤੀ ਜਿੜਬੇ ਵਾਲਾ ਨੌਜਵਾਨ ਕੋਸ਼ਿਸ਼ ਕਰਦਾ ਹੋਇਆ, ਲਖਵੀਰ ਸੋਹਤੇ ਦੀ ਵੈਨਕੂਵਰ ਲੈਂਡ ਕਬੱਡੀ ਕਲੱਬ ਲਈ ਖੇਡਣ ਵਾਲਾ ਇਹ ਖਿਡਾਰੀ ਵਰਲਡ ਕਬੱਡੀ ਲੀਗ ਦੇ ਵਿੱਚ ਖੇਡਿਆ, ਦੁਨੀਆਂ ਨੇ ਵੇਖਿਆ ਇਸ ਨੌਜਵਾਨ ਦੇ ਲੱਗੇ ਹੋਏ ਜਫਿਆਂ ਨੂੰ, ਪੁਆਇੰਟ ਜਿਹੜਾ ਜਾਫੀ ਦੇ ਵਾਸਤੇ ਜਿੜਬਾ ਮੰਡੀ ਦੇ ਵਾਸਤੇ। ਅਗਲੀ ਕਬੱਡੀ ਪਾਉਣ ਦੇ ਵਾਸਤੇ ਜੱਸੀ ਜਿੜਬੇ ਵਾਲਾ, ਇਹ ਹੈ ਨੌਜਵਾਨ ਰੂਪ ਸਿੰਘ ਗਿੱਲ ਦਾ ਪੁੱਤਰ, ਇੱਕ ਵੀਰ ਕਹਿੰਦੇ ਜਾਫੀ ਦੇ ਤੌਰ 'ਤੇ ਖੇਡਦਾ ਬਾਣੀਆਂ ਜਿੜਬੇ ਵਾਲਾ, ਇੱਕ ਆਹ ਨੌਜਵਾਨ ਧਾਵੀ ਦੇ ਤੌਰ 'ਤੇ ਖੇਡਦਾ। ਲਓ ਜੱਸੀ ਦੀ ਪਹੀ ਕਬੱਡੀ ਦੇ ਉੱਤੇ, ਹੁਣ ਵੇਖਾਂਗੇ ਵੀ ਢੰਡੋਲੀ ਵਾਲੇ ਰਾਮ ਸਿੰਘ ਦਾ ਚੰਡਿਆ ਹੋਇਆ ਕਿਹੜਾ ਖਿਡਾਰੀ ਕੋਸ਼ਿਸ਼ ਕਰਦਾ ਹੈ
ਅਸ਼ਰਾ ਚੌਂਦੇ ਵਾਲਾ ਫਿਰ ਨੌਜਵਾਨ ਵੱਧ ਕੇ ਕੋਸ਼ਿਸ਼ ਕਰਦਾ ਹੋਇਆ, ਲਓ ਇੱਕ ਪਾਸੇ ਅਸ਼ਰਾ ਚੌਂਦੇ ਪਿੰਡ ਦਾ, ਦੂਸਰੇ ਪਾਸੇ ਬੜਾ ਤੇਜ਼ ਤਰਾਰ ਧਾਵੀ, ਇਹ ਹੈ ਨੌਜਵਾਨ ਜੱਸੀ ਡਿੜਬੇ ਵਾਲਾ। ਡਿੜਬੇ ਵਾਲਾ ਜੱਸੀ ਆਪਣੇ ਆਪ ਨੂੰ ਸੰਭਾਲਦਾ ਹੋਇਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਕਾਲਾ ਢੰਡੋਲੀ ਵਾਲਾ ਕਦੇ ਇੰਗਲੈਂਡ ਦੀ ਟੈਲਫੋਰਡ ਕਬੱਡੀ ਕਲੱਬ ਲਈ ਖੇਡਿਆ, ਕਦੇ ਕੈਨੇਡਾ ਦੇ ਕਹਿੰਦੇ ਐਡਮਿੰਟਨ ਸ਼ਹਿਰ ਦੇ ਵਿੱਚ ਸ਼ੇਰੇ ਪੰਜਾਬ ਕਬੱਡੀ ਕਲੱਬ ਚੰਨੇ ਕਾਲਖ ਦੇ ਲਈ ਖੇਡਿਆ। ਇਹ ਨੌਜਵਾਨ ਖਿਡਾਰੀ ਸੁਖਵੀਰ ਸਰਪੰਚ ਹੋਰਾਂ ਨੇ ਬੁਲਟ ਮੋਟਰਸਾਈਕਲ ਦੇ ਨਾਲ ਸਨਮਾਨ ਕੀਤੇ ਨੇ ਇਸ ਨੌਜਵਾਨ ਦੇ। ਲਓ ਕਾਲੇ ਦੀ ਪਹੀ ਕਬੱਡੀ, ਦਰਸ਼ਨ ਦਿੜਬੇ ਵਾਲਾ ਕਿ ਦਰਸ਼ਨ ਦਿੜਬਾ ਤਕੜਾ ਜਾਫੀ ਜਿਵੇਂ ਸ਼ੀਰਾ ਪਿੱਥੋਂ ਦਾ, ਜਦ ਆਉਂਦਾ ਲੋਕ ਪੁੱਛਦੇ ਕਹਿੰਦੇ ਪਾਲੀ ਕਿੱਥੋਂ ਦਾ, ਰਣੀਆ ਹਿੰਦਾ ਜ਼ੋਰ ਨਾਲ ਰੇਡਰ ਰੋਕ ਵਿਖਾਉਂਦੇ ਨੇ ਇੱਕ ਪਾਸੇ ਦਰਸ਼ਨ, ਦੂਸਰੇ ਪਾਸੇ ਕਾਲਾ ਢੰਡੋਲੀ ਵਾਲਾ ਪੁਆਇੰਟ ਜਿਹੜਾ ਧਾਵੀ ਦਾ, ਢੰਡੋਲੀ ਖੁਰਦ ਦੀ ਟੀਮ ਦੇ ਵਾਸਤੇ ਕਾਲਾ ਸ਼ਾਨਦਾਰ ਅੰਕ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ। ਫਿਰ ਅੰਕਿਤ ਹਰਿਆਣੇ ਵਾਲਾ, ਇਹ ਵੀ ਨੌਜਵਾਨ ਚੜ੍ਹਦੀ ਉਮਰ ਦਾ ਖਿਡਾਰੀ, ਧਾਲੀਵਾਲ ਦੇ ਬਾਨੇ ਵਰਗਾ ਸਰੀਰ ਹੈ ਇਸ ਨੌਜਵਾਨ ਦਾ। ਲਓ ਪਈ ਹੋਈ ਕਬੱਡੀ, ਅਤੇ ਦੂਸਰੇ ਪਾਸੇ ਗੁਰਪ੍ਰੀਤ ਢੰਡੋਲੀ ਵਾਲਾ, ਬਾਬੇ ਚੰਦ ਸਿੰਘ ਦਾ ਪੋਤਰਾ, ਇਸ ਸਮੇਂ ਮੁਕਾਬਲਾ ਕਰਦਾ ਹੋਇਆ ਢੰਡੋਲੀ ਵਾਲਾ ਗੁਰਪ੍ਰੀਤ ਪੁਆਇੰਟ ਧਾਵੀ ਦਾ ਪੁਆਇੰਟ ਜਿਹੜਾ ਦਿੜਬਾ ਮੰਡੀ ਦੇ ਵਾਸਤੇ। ਬੱਲਰਾਂ ਅਤੇ ਚੌਂਟ ਖੇੜੀ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਇਹ ਵੀ ਜਲਦੀ ਨਾਲ ਖੇਡ ਗਰਾਊਂਡ ਦੇ ਜਾਣ। ਬੱਲਰਾਂ ਅਤੇ ਚੌਂਟ ਖੇੜੀ, ਭਾਈ ਰੂਪਾ ਅਤੇ ਕਲਸੀਆਂ, ਉਸ ਤੋਂ ਅਗਲਾ ਮੈਚ ਹੋਵੇਗਾ। ਬੱਲਰਾਂ ਅਤੇ ਚੌਂਟ ਖੇੜੀ ਦੀਆਂ ਟੀਮਾਂ ਖੇਡ ਗਰਾਊਂਡ ਦੇ ਨੇੜੇ ਪੁੱਜੀਆਂ ਹਨ। ਕੁਲਵਿੰਦਰ ਸਿੰਘ ਢੰਡੋਲੀ ਵਾਲਾ ਕੁੱਕੂ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ, ਦੂਸਰੇ ਪਾਸੇ ਗਗਨਦੀਪ ਸਿੰਘ ਸੱਤੀ ਦਿੜਬੇ ਵਾਲਾ ਦਿੜਬਾ, ਜਿੱਥੋਂ ਦਾ ਗੁਰਪ੍ਰੀਤ ਕਾਜੀ ਕਹਿੰਦੇ 17ਵੀਂ ਏਸ਼ੀਅਨ ਖੇਡਾਂ ਦਾ ਜੇਤੂ ਹੋਇਆ ਭਾਰਤੀ ਟੀਮ ਦੇ ਲਈ, ਨੈਸ਼ਨਲ ਸਟਾਈਲ ਕਬੱਡੀ ਦੇ ਲਈ ਏਸ਼ੀਆ ਦਾ ਗੋਲਡ ਮੈਡਲ ਖਿਡਾਰੀ ਹੈ ਕਬੱਡੀ ਦੇ ਵਿੱਚ, ਉਸੇ ਧਰਤੀ ਮਾਰ ਦੋ ਤਾੜੀ। ਇਹ ਹੈ ਨੌਜਵਾਨ ਸੱਤੀ ਦਿੜਬੇ ਵਾਲਾ ਪੁਆਇੰਟ ਦੇ ਵਾਸਤੇ ਗੁੜਦਾ ਹੋਇਆ। ਦਿੜਬਾ ਦੀ ਟੀਮ ਦੇ ਲਈ ਰਸ਼ੀਨ ਵਾਲਾ ਮਾਨਾ ਫਿਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨੌਜਵਾਨ ਸਿੰਘ ਸਰਦਾਰ, ਕਿ ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ, ਨਾ ਫੜ ਕਮਲੀਏ ਨਾ ਫੜ ਉੱਡਦੇ ਬਾਜਾਂ ਨੂੰ, ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਹੋਈ ਸਿੱਖੀ ਕਾਇਮ ਹੈ। ਸਾਡੇ ਮੁੱਖ ਮਹਿਮਾਨ ਸਰਦਾਰ ਚਤਨ ਸਿੰਘ ਸਮਾਓ, ਹਲਕਾ MLA ਬੜਲਾਡਾ, ਉਹਨਾਂ ਨੇ ਜੋ ਸਾਡੇ ਕਲੱਬ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ ਜੀ ਸਾਡੇ ਕਲੱਬ ਵੱਲੋਂ। ਜਗਸੀਰ ਸਿੰਘ ਕਲੱਬ ਪ੍ਰਧਾਨ ਸਨਮਾਨ ਚਿੰਨ ਭੇਟ ਕਰ ਰਹੇ ਨੇ, ਉਹਨਾਂ ਦੇ ਨਾਲ ਸਾਡੇ ਬਿੰਦਰ ਸਿੰਘ ਜੀ ਅਕਾਲੀ ਆਗੂ, ਅਤੇ ਨਾਲ ਸਰਪੰਚ ਸਾਹਿਬ ਚਤਰ ਸਿੰਘ ਜੀ ਸੰਧੂ, ਅਤੇ ਹੋਰ ਸਾਰੇ ਹੀ ਪਤਵੰਤੇ ਸੱਜਣ ਹਰਮੇਲ ਸਿੰਘ ਜੀ ਕਲੀਪੁਰ, ਸਾਰੇ ਹੀ ਅਕਾਲੀ ਵਰਕਰ ਜੋ ਸਾਡੇ MLA ਸਾਹਿਬ ਨਾਲ ਪਹੁੰਚੇ ਨੇ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਸਾਡੇ MLA ਸਾਹਿਬ ਦਾ, ਜਿਨ੍ਹਾਂ ਨੇ ਸਾਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਆ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਰਦਾਰ ਚਤਨ ਸਿੰਘ ਜੀ ਸਮਾਓ, ਹਲਕਾ MLA ਹਲਕਾ ਬੜਲਾਡਾ, ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ, ਸਵਾਦ ਆ ਰਿਹਾ, ਤਾੜੀ ਮਾਰ ਦਿਓ ਇੱਕ ਵਾਰੀ ਦਰਸ਼ਕ ਵੀਰੋ। ਮੰਡੀ ਦੇ ਕਹਿੰਦੇ ਢੰਡੋਲੀ ਦੀਆਂ ਟੀਮਾਂ ਦਾ ਮੈਚ ਹੈ, ਗਵਾਂਢੀ ਪਿੰਡਾਂ ਦੀਆਂ ਟੀਮਾਂ ਨੇ, ਇੱਕ ਪਾਸੇ ਦਿੜਵਾ, ਦੂਸਰੇ ਪਾਸੇ ਢੰਡੋਲੀ ਖੁਰਦ, ਬਹੁਤ ਸ਼ਾਨਦਾਰ ਖੇਡਿਆ ਜਾ ਰਿਹਾ ਮੈਚ। ਹਰਿਆਣੇ ਦਾ ਅੰਕਿਤ ਫਿਰ ਕਬੱਡੀ ਦੇ ਲਈ ਵਾਧਾ ਹੋਇਆ ਨੌਜਵਾਨ, ਢੰਡੋਲੀ ਦੀ ਟੀਮ ਦਾ ਖਿਡਾਰੀ, ਇਸ ਸਮੇਂ ਦਿੜਵਾ ਦੀ ਟੀਮ ਦਾ ਖਿਡਾਰੀ। ਦੂਸਰੇ ਪਾਸੇ ਅਸ਼ਰਾ ਚੌਂਦੇ ਵਾਲਾ, ਸ਼ੀਰਾ ਕੋਟੜੇ ਵਾਲਾ, ਗੁਰਪ੍ਰੀਤ ਹੈ ਨੌਜਵਾਨ, ਗੁਰਪ੍ਰੀਤ ਮੁਕਾਬਲਾ ਕਰਦਾ ਹੋਇਆ। ਲਓ ਪੁਆਇੰਟ ਜਿਹੜਾ ਇਸ ਸਮੇਂ ਜਾਫੀ ਦੇ ਵਾਸਤੇ ਜੁੜ ਗਿਆ ਹੈ ਢੰਡੋਲੀ ਦੀ ਟੀਮ ਦੇ ਵਾਸਤੇ। ਇਹ ਨੌਜਵਾਨ ਸ਼ਾਨਦਾਰ ਅੰਕ ਦਾ ਵਾਧਾ ਕਰਦਾ ਹੋਇਆ, ਦੋਨੋਂ ਟੀਮਾਂ ਦੇ ਵਿੱਚ ਐਨ ਸਿਰੇ ਦੀ ਖੇਡ ਖੇਡੀ ਜਾ ਰਹੀ ਹੈ। ਕੁਲਵਿੰਦਰ ਸਿੰਘ ਢੰਡੋਲੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਾਧਾ ਹੋਇਆ, ਇੱਕ ਬਿਹਾਰੀਪੁਰ ਦਾ ਕੁਲਵਿੰਦਰ ਸਿੰਘ ਦੁਨੀਆ ਕਿੰਦੇ ਨਾਲ ਜਾਣਦੀ ਹੈ, ਇੱਕ ਕਿੰਦਾ ਕਕਰਾਲੇ ਦਾ, ਇੱਕ ਆਹ ਨੌਜਵਾਨ ਕਹਿੰਦੇ ਨਾਲ ਅਕਾਲੀ ਦਾ ਪੁੱਤਰ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ। ਬਹੁਤ ਬਹੁਤ ਧੰਨਵਾਦੀ ਹਾਂ ਜੀ ਅਸੀਂ ਸਾਡੇ ਮੁੱਖ ਮਹਿਮਾਨ ਸਰਦਾਰ ਚਤਨ ਸਿੰਘ ਸਮਾਓ ਜੀ,
ਜਿਨ੍ਹਾਂ ਨੇ ਸਾਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਆ। ਉਹਨਾਂ ਦੇ ਨਾਲ ਸੁਖਦੇਵ ਸਿੰਘ ਦਿਆਲਪੁਰਾ ਜੀ, ਅਮਰਜੀਤ ਕਲਾਣਾ ਜੀ, ਸਵਰਨ ਸਿੰਘ ਜੀ ਹੀਰੇਵਾਲਾ, ਐਸ ਸੀ ਪ੍ਰਧਾਨ ਜ਼ਿਲ੍ਹਾ ਮਾਨਸਾ, ਮਾਰ ਦੋ ਲਲਕਾਰਾ ਇੱਕ ਵਾਰੀ ਜ਼ੋਰਦਾਰ, ਨੌਜਵਾਨ ਦੀਪਾ ਸਿੜਬੇ ਵਾਲਾ, ਸਾਰੇ ਹੀ ਉਹ ਗੱਭਰੂ ਚੋਟੀ ਦੇ ਰਾਜਾ ਬਾਜ ਤੇ ਤੀਰਥ ਦੀਪਾ, ਹਾੜਾ ਛੱਡ ਦੋ ਨਾ ਸ਼ੋਕਾ ਦਾ ਜੰਗੀ ਨਾਲ ਸਰੀਕਾ, ਇਹ ਦਿੜਬੇ ਵਾਲਾ ਦੀਪ ਹੈ ਜਿਸ ਨੌਜਵਾਨ ਨੇ ਜਫਾ ਲਾਇਆ। ਹਾਂਜੀ, ਬੜਾ ਸ਼ਾਮ ਲਾਲ ਜਿਹੜੇ ਬਾਜਦਾ ਹੋਇਆ, ਉਹਨਾਂ ਨੂੰ ਸਾਡੇ ਘਰ ਦਾ ਸਨਮਾਨ ਚਿੰਨ ਭੇਂਟ ਕੀਤਾ ਜਾ ਰਿਹਾ। ਸ਼ਾਮ ਲਾਲ ਦਲੇਮਾ, ਜ਼ਿਲ੍ਹਾ ਪ੍ਰਧਾਨ ਆੜਤੀ ਐਸੋਸੀਏਸ਼ਨ ਮਾਨਸਾ ਡਿਸਟ੍ਰਿਕਟ ਮਾਨਸਾ ਦੇ, ਦਰਸ਼ਨ ਸਿੰਘ ਜੀ ਰੱਲੀ ਸਾਬਕਾ ਸਰਪੰਚ, ਸਰਦਾਰ ਸੁਖਦੇਵ ਸਿੰਘ ਜੀ ਦਿਆਲਪੁਰਾ, ਸਾਰੇ ਪਿੰਡਾਂ ਦੇ ਸੱਜਣ, ਫਿਰ ਕੋਸ਼ਿਸ਼ ਕਰਦਾ ਹੋਇਆ ਇੱਕ ਵਾਰ ਫਿਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਪਹੁੰਚਣ ਤੇ। ਕਲੱਬ ਵੱਲੋਂ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਹਾਂਜੀ, ਹੈਲੋ, ਇਹ ਆ ਨੌਜਵਾਨ ਜੱਸੀ ਦਿੜਬੇ ਵਾਲਾ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ। ਫਿਰ ਗਗਨ ਢੰਡੋਲੀ ਵਾਲਾ ਨੌਜਵਾਨ ਹੱਥਾਂ ਨੂੰ ਕਲੀ ਲਾਈ ਆ, ਬੜੇ ਠਰੰਮੇ ਦੇ ਨਾਲ ਖੇਡਣ ਵਾਲਾ, ਜੀਦਾਰੀ ਨਾਲ ਖੇਡਣ ਵਾਲਾ ਖਿਡਾਰੀ ਸਿੰਘ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਚਾਰੋ ਜਾਫੀ ਦਿੜਬੇ ਦੇ ਬਿਲਕੁਲ ਤਿਆਰ ਨੇ, ਇੱਕ ਪਾਸੇ ਦੀਪ ਦਿੜਬੇ ਵਾਲਾ ਜਿਸ ਨੇ ਪਹਿਲਾਂ ਜਫਾ ਲਾ ਕੇ ਬਹਿਜਾ ਬਹਿਜਾ ਕਰਵਾਈ, ਦੂਸਰੇ ਪਾਸੇ ਸੱਤੀ ਨਾਲ ਦਰਸ਼ਨ ਦਿੜਬੇ ਵਾਲਾ ਮੁਕਾਬਲਾ ਦਰਸ਼ਨ ਦੇ ਨਾਲ ਹੋਇਆ। ਇਹ ਹੈ ਨੌਜਵਾਨ ਦਰਸ਼ਨ ਦਿੜਬੇ ਵਾਲਾ ਪੁਆਇੰਟ ਜਿਹੜਾ ਧਾਵੀ ਦਾ ਪੁਆਇੰਟ ਜਿਹੜਾ ਜੁੜਦਾ ਹੋਇਆ। ਹੈਲੋ ਗੁਰਮੇਲ ਕੌਰ ਮਹੰਤ ਜੀ, ਜੋ ਬੱਚਿਆਂ ਦੀ ਵਧਾਈ ਦਿੰਦੇ ਨੇਗੇ, ਉਹ ਵੀ ਸਾਡੇ ਵਿੱਚ ਪਹੁੰਚੇ ਨੇ, ਸਾਡੇ ਕਲੱਬ ਨੂੰ ਵਿੱਤੀ ਸਹਾਇਤਾ ਕਰਦੇ ਨੇ।